ਮੈਂ ਸਿੱਖਿਆ ਤੁਹਾਨੂੰ ਮੈਨੂੰ ਆਪਣੇ ਗੁਰੂ ਦਾ ਸਿੱਖਿਆ ਤੇ ਛੇਤੀ ਕਰੋ ਤੁਸੀਂ ਮੈਨੂੰ ਵੀ ਸ਼ੀਤ ਕਰੋ ਮੈਨੂੰ ਆਪਣੇ ਭਰਾਵਾਂ ਨੂੰ ਕੋਲ ਜਾਣ ਦਿਓ ਕਿੰਨਾ ਪਿਆਰ ਹੋਏਗਾ ਉਹਨੂੰ ਸਿੱਖੀ ਨਾਲ ਜੇ ਅਸੀਂ ਇਤਿਹਾਸ ਪੜਿਆ ਹੋਵੇ ਇਸ ਕਰਕੇ ਸਿੱਖੀ ਕੇਸਾਂ ਨਾਲ ਕੇਸ ਰੱਖਣੇ ਸਿੱਖੀ 'ਚ ਪਹਿਲੀ ਸ਼ਰਤ ਆ ਇਹੋ ਜਿਹੇ ਸੰਸਾਰ ਵਿੱਚ ਮੈਂ ਤੁਹਾਨੂੰ ਪਹਿਲਾਂ ਕਿਹਾ ਇਹ ਬੜਾ ਚੈਲੰਜ ਹੈ ਇਹ ਧਾਰਨ ਤੁਸੀਂ ਇਹ ਨਾ ਸੋਚੋ ਵੀ ਮੈਂ ਕੋਈ ਮਤਲਬ ਗ੍ਰੰਥੀ ਜਾਂ ਗੁਰਦੁਆਰੇ ਦਾ ਭਾਈ ਜਾਂ ਨਹੀਂ ਹਾਂ ਭਾਈ ਹਾਂ ਪਰ ਮੈਂ ਵੀ ਤੁਹਾਡੇ ਵਾਂਗ ਮੈਂ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਰਿਟਾਇਰ ਹੋਇਆ 32 ਸਾਲ ਮੈਂ ਪੰਜਾਬ ਨੈਸ਼ਨਲ ਬੈਂਕ 'ਚ ਨੌਕਰੀ ਕੀਤੀ ਨੌਕਰੀ ਕਰਦੇ ਹੋਏ ਆਪਣੀ ਇਸੇ ਰੂਪ ਵਿੱਚ ਹੀ ਇੱਦਾਂ ਹੀ ਬੈਂਕ ਜਾਂਦੇ ਸੀ ਇੱਦਾਂ ਹੀ ਸਾਰੀ ਨੌਕਰੀ ਕੀਤੀ ਪਰ ਮਾਣਨਾ ਕੀਤੀ ਆ ਵੀ ਸਾਨੂੰ ਸਿੱਖੀ ਤੇ ਮਾਣ ਸੀ ਜਦੋਂ ਦਾ ਸਿਮਰ ਛਕਿਆ ਪਤਾ ਲੱਗ ਗਿਆ ਜਦੋਂ ਮਹਾਰਾਜ ਦੀ ਬੜੀ ਕਮਾਲ ਦੀ ਚੀਜ਼ ਹੈ ਸਿੱਖੀ ਤਾਂ ਜਿੰਨੇ ਚਿਰ ਤੁਹਾਨੂੰ ਇਹ ਪਤਾ ਨਹੀਂ ਲੱਗਦਾ ਵੀ ਸਿੱਖੀ ਇੰਨੀ ਪਿਆਰੀ ਆ ਉਨੇ ਚਿਰ ਤੁਸੀਂ ਨਿਭਾ ਨਹੀਂ ਸਕਦੇ ਦੂਸਰੀ ਸਿੱਖੀ ਦੀ ਸ਼ਰਤ ਹੈ ਪਹਿਲੀ ਸ਼ਰਤ ਅਸੀਂ ਤੁਹਾਨੂੰ ਕੇਸ ਰੱਖਣੀ ਬੜਾ ਚੈਲੰਜ ਹੈ ਵੱਡਾ ਚੈਲੰਜ ਹੈ ਸੰਸਾਰ ਦੇ ਵਿੱਚ ਜਿੱਥੇ ਵੱਖ ਵੱਖ ਤਰ੍ਹਾਂ ਦੇ ਤੁਹਾਨੂੰ ਤੁਸੀਂ ਟੈਲੀ ਦੇਖੋ ਉੱਥੇ ਉਸ ਹੋਰ ਤਰ੍ਹਾਂ ਦੇ ਲੋਕ ਦਿਖਣਗੇ ਤੁਸੀਂ ਬਾਹਰ ਯੂਨੀਵਰਸਿਟੀ ਦੇਖੋ ਬਾਜ਼ਾਰ ਜਾਓ ਜਿੱਥੇ ਮਰਜ਼ੀ ਜਾਓ ਤੁਹਾਨੂੰ ਮਨਸੋਨੀ ਤਰ੍ਹਾਂ ਦੇ ਲੋਕ ਦਿਖਣਗੇ ਇਹੋ ਜਿਹੀ ਦੇਖ ਵਿੱਚ ਇੱਦਾਂ ਦੇ ਰਹਿ ਕੇ ਜੀਣਾ ਇਟਸ ਅ ਚੈਲੰਜ ਉਸ ਚੈਲੰਜ ਨੂੰ ਕਬੂਲ ਜਿਹਨੇ ਕਰਨਾ ਹੈ ਪਰ ਨਜ਼ਾਰਾ ਬੜਾ ਆ ਪਿਆਰ ਬੜਾ ਆ ਆਨੰਦ ਬੜਾ ਆ ਦੂਸਰੀ ਸ਼ਰਤ ਹੈ ਸਾਰਾ ਸੰਸਾਰ ਕਿਸੇ ਨਾ ਕਿਸੇ ਤਰ੍ਹਾਂ ਸਰੀਰ ਭੋਗਦਾ ਹੈ ਇੱਥੇ ਪਾਤਰਿਆ ਅਤੇ ਪਰ ਰੂਪ ਦੇਖਣਾ ਵੀ ਮਨਾ ਹੈ ਪਾਤਰਿਆ ਰੂਪ ਨਾ ਪੇਖਿਆ ਨੇਤਰ ਇਹਨਾਂ ਅੱਖਾਂ ਨਾਲ ਪਰਾਇਆ ਰੂਪ ਦੇਖਣਾ ਵੀ ਮਨਾ ਹੈ ਸਿੱਖੀ 'ਚ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣ ਜੇ ਦੂਸਰੀਆਂ ਬੀਬੀਆਂ ਨੇ ਸਾਡੇ ਬਰਾਬਰ ਦੀਆਂ ਨੇ ਉਹਨਾਂ ਨੂੰ ਭੈਣਾਂ ਜਾਣਨਾ ਜਿਹੜੀਆਂ ਸਾਡੇ ਤੋਂ ਵੱਡੀਆਂ ਨੇ ਉਹਨਾਂ ਨੂੰ ਮਾਵਾਂ ਸਮਝਣਾ ਜਿਹੜੀਆਂ ਸਾਡੇ ਤੋਂ ਛੋਟੀਆਂ ਨੇ ਉਹਨਾਂ ਨੂੰ ਬੇਟੀਆਂ ਬਰਾਬਰ ਸਤਿਕਾਰ ਦੇਣਾ ਪਰਤਰਿਆ ਭੋਗਣਾ ਨਹੀਂ ਪਰ ਮਰਦ ਭੋਗਣਾ ਨਹੀਂ ਇਹ ਕਿੱਡਾ ਵੱਡਾ ਚੈਲੰਜ ਹੈ ਸੰਸਾਰ 'ਤੇ ਸਾਰਾ ਸੰਸਾਰ ਵਿਚਾਰੀ ਹੋ ਗਿਆ ਇਸ ਵੇਲੇ ਸਰਕਾਰਾਂ ਨੇ ਇਹੋ ਜਿਹੇ ਕਾਨੂੰਨ ਬਣਾ ਦਿੱਤੇ ਨੇ 18 ਸਾਲ ਤੋਂ ਬਾਅਦ ਜੋ ਮਰਜ਼ੀ ਕਰੋ ਜਿੱਥੇ ਮਰਜ਼ੀ ਜਾਓ ਜਿੱਦਾਂ ਦੇ ਮਰਜ਼ੀ ਰਹੋ ਇੱਦਾਂ ਦੇ ਕਾਨੂੰਨ ਬਣਾ ਦਿੱਤੇ ਨੇ ਇਹੋ ਜਿਹੇ ਦੇਸ਼ ਦੇ ਇਹੋ ਜਿਹੇ ਕਾਨੂੰਨਾਂ ਦੇ ਵਿੱਚ ਇਹੋ ਜਿਹੀ ਦੁਨੀਆ ਦੇ ਵਿੱਚ ਰਹਿਣਾ ਇਸ ਤਰ੍ਹਾਂ ਆਪਣੇ ਆਪ ਨੂੰ ਪਵਿੱਤਰ ਰੱਖ ਕੇ ਆਪਣਾ ਜੀਵਨ ਜੀਣਾ ਇਹ ਵੱਡਾ ਬਹੁਤ ਵੱਡਾ ਫਿਰ ਚੈਲੰਜ ਹੈ ਆਪਣੇ ਆਪ ਨੂੰ ਪਵਿੱਤਰ ਰੱਖਣਾ ਆਪਣੇ ਆਪ ਨੂੰ ਸਾਬਤ ਰੱਖਣਾ ਜਾਂ ਕੋ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾਏ ਜਿਹਦਾ ਦਿਲ ਸਾਬਤ ਨਹੀਂ ਉਹਨੂੰ ਰੱਬ ਵੀ ਨਹੀਂ ਮਿਲਦਾ ਆਪਣੇ ਦਿਲ ਨੂੰ ਸਾਬਤ ਰੱਖਣਾ ਆਪਣੇ ਇਮਾਨ ਨੂੰ ਸਾਬਤ ਰੱਖਣਾ ਆਪਣੇ ਆਪ ਨੂੰ ਬੇਈਮਾਨ ਨਾ ਬਣ ਦੇਣਾ ਕਿੱਡਾ ਵੱਡਾ ਚੈਲੰਜ ਹੈ ਸੋ ਦੂਸਰੀ ਸ਼ਰਤ ਇਹ ਹੈ ਪਾਤਰਿਆ ਅਤੇ ਪਰਮਰਦ ਅਸੀਂ ਭੋਗ ਨਹੀਂ ਸਕਦੇ ਤੁਸੀਂ ਵੱਡੇ ਹੋ ਤਾਂ ਮੈਂ ਤੁਹਾਡਾ ਖੁੱਲ੍ਹੀ ਗੱਲ ਕਰ ਰਿਹਾ ਤੁਸੀਂ ਯੂਨੀਵਰਸਿਟੀ 'ਚ ਪੜ੍ਹਦੇ ਹੋ ਤਾਂ ਤੁਹਾਨੂੰ ਪਤਾ ਲੱਗੇ ਕਿ ਆਉਣ ਵਾਲਾ ਤੁਸੀਂ ਸਾਡਾ ਭਵੇਖੋ ਜੇ ਤੁਹਾਨੂੰ ਪਤਾ ਹੋਏਗਾ ਤਾਂ ਤੁਸੀਂ ਬਚੋਗੇ ਜੇ ਇਸ ਗੱਲ ਤੋਂ ਨਾ ਬਚੇ ਸਿੱਖੀ ਨਹੀਂ ਮਿਲਦੀ ਕੋਈ ਸਿੱਖੀ ਨਹੀਂ ਹੈਗੀ ਭਾਵੇਂ ਜੋ ਮਰਜ਼ੀ ਕਰਦੇ ਰਹੋ ਜਿੰਨਾ ਮਰਜ਼ੀ ਪਾਠ ਕਰਦੇ ਰਹੋ ਜਿੰਨਾ ਮਰਜ਼ੀ ਭਲਾ ਪਰਉਪਕਾਰ ਕਰਦੇ ਰਹੋ ਸਿੱਖੀ ਨਹੀਂ ਮਿਲਦੀ ਸੋ ਇਹ ਦੂਜੀ ਸ਼ਰਤ ਹੈ ਤੀਜੀ ਸ਼ਰਤ ਹੈ ਅਸੀਂ ਕੋਈ ਨਸ਼ਾ ਨਹੀਂ ਕਰਦੇ ਤੰਬਾਕੂ ਦੀ ਵਰਤੋਂ ਬਿਲਕੁਲ ਨਹੀਂ ਕਰਦੇ ਸਾਰਾ ਸੰਸਾਰ ਕਿਸੇ ਨਾ ਕਿਸੇ ਰੂਪ ਵਿੱਚ ਤੰਬਾਕੂ ਵਰਤ ਰਿਹਾ ਸਾਰਾ ਸੰਸਾਰ ਤੁਸੀਂ ਦੇਖੋ ਇੱਥੋਂ ਬਾਹਰ ਨਿਕਲੋ ਕੋਈ ਤੰਬਾਕੂ ਕਿੱਦਾਂ ਦੁਕਾਨਾਂ ਖੁੱਲ੍ਹੀਆਂ ਨੇ ਕਿੱਦਾਂ ਕੈਸੀਨੋ ਖੁੱਲ੍ਹੇ ਨੇ ਕਿੱਦਾਂ ਤੁਸੀਂ ਸਾਰਾ ਇਹੋ ਜਿਹੇ ਸੰਸਾਰ ਵਿੱਚ ਤੁਸੀਂ ਨਸ਼ਿਆਂ ਤੋਂ ਬਚ ਕੇ ਜੀਣਾ ਕਿੱਡਾ ਵੱਡਾ ਚੈਲੰਜ ਹੈ ਜੇ ਤੁਹਾਨੂੰ ਸਿੱਖੀ ਨਾਲ ਪ੍ਰੇਮ ਨਾ ਹੋਇਆ ਜੇ ਤੁਹਾਨੂੰ ਬਾਣੀ ਦਾ ਨਸ਼ਾ ਨਾ ਮਿਲਿਆ ਜੇ ਤੁਸੀਂ ਬਾਣੀ ਪ੍ਰੇਮ ਨਾਲ ਨਾ ਪੜ੍ਹੀ ਤੁਸੀਂ ਨਹੀਂ ਬਚ ਸਕੋਗੇ ਸੋ ਇਹੋ ਜਿਹੇ ਸੰਸਾਰ ਵਿੱਚ ਤੀਸਰੀ ਗੱਲ ਤੋਂ ਵੀ ਬਚਣਾ ਕਿੱਡਾ ਵੱਡਾ ਚੈਲੰਜ ਹੈ ਕੋਈ ਨਸ਼ਾ ਨਾ ਕਰਨਾ ਕੋਈ ਵੀ ਨਸ਼ਾ ਰੋਟੀ ਤੋਂ ਬਗੈਰ ਕੋਈ ਨਸ਼ਾ ਕਰਨਾ ਹੀ ਨਹੀਂ ਚੌਥੀ ਗੱਲ ਆ ਸਿੱਖ ਜਿਹੜਾ ਮਾਸ ਪੁੱਠਾ ਮਾਸ ਇਹਦੀ ਵਰਤੋਂ ਨਹੀਂ ਕਰਦਾ ਕਿਸੇ ਵੀ ਰੂਪ 'ਚ ਸਾਰਾ ਸੰਸਾਰ ਦੇਖ ਲਓ ਤੁਸੀਂ ਕਿਸ ਤਰ੍ਹਾਂ ਇਹਨਾਂ ਚਾਰਾਂ ਚੀਜ਼ਾਂ 'ਚ ਫਸਿਆ ਹੋਇਆ ਅਤੇ ਸਿੱਖ ਨੇ ਇਹ ਚਾਰੇ ਗੱਲਾਂ ਨਹੀਂ ਕਰਨੀਆਂ ਤੁਸੀਂ ਆਪ ਹੀ ਦੇਖ ਲਓ ਕਿੱਡਾ ਵੱਡਾ ਚੈਲੰਜ ਹੈ ਸਿੱਖ ਪੜ੍ਹਨਾ ਸਾਰੇ ਸੰਸਾਰ ਨਾਲ ਮੱਥਾ ਲਾਉਣਾ ਹੈ ਪਰ ਗੁਰੂ ਸਾਹਿਬ ਨੇ ਕਿਹਾ ਜਬ ਲੱਗ ਖਾਲਸਾ ਰਹੇ ਨਿਆਰਾ ਤਬ ਲੱਗ ਤੇਜ ਦਿਓ ਮੈਂ ਸਾਰਾ ਨਿਆਰਾ ਰਹਿਣਾ ਇਹ ਨਿਆਰਾ ਪਾਣਾ ਨਾ ਦਾੜੀ ਰੱਖੀ ਕੇਸ ਰੱਖੀ ਆ ਵੱਖਰਾ ਪੈਰਾ ਪਾਇਆ ਨਿਆਰਾ ਪਾਣਾ ਜੇ ਦੁਨੀਆਂ ਵਰਗੇ ਬਣ ਗਏ ਉੱਦਾਂ ਦੇ ਸਿਰ ਬਣਾ ਕੇ ਉੱਦਾਂ ਦੇ ਸਾਰਾ ਕੁਛ ਕਰਕੇ ਉੱਦਾਂ ਦੇ ਕੱਪੜੇ ਪਾਲੇ ਫਿਰ ਨਿਆਰਾ ਪਾ ਨਹੀਂ ਰਿਹਾ ਫਿਰ ਸਿੱਖੀ 'ਚ ਨਹੀਂ ਤੁਸੀਂ ਰਹੇ ਪਰ ਜਬ ਲੱਗ ਖਾਲਸਾ ਰਹੇ ਨਿਆਰਾ ਜਦੋਂ ਤੱਕ ਤੁਸੀਂ ਨਿਆਰੇ ਹੋ ਤਬ ਲੱਗ ਤੇਜ ਦਿਓ ਮੈਂ ਸਾਰਾ ਉਦੋਂ ਤੱਕ ਗੁਰੂ ਨੇ ਤੁਹਾਨੂੰ ਸਾਰੀਆਂ ਸ਼ਕਤੀਆਂ ਖੰਡਾਂ ਬ੍ਰਹਮੰਡਾਂ ਦੀਆਂ ਸਾਰੀਆਂ ਸ਼ਕਤੀਆਂ ਤੁਹਾਨੂੰ ਦਿੱਤੀਆਂ ਹੋਈਆਂ ਤੁਸੀਂ ਕਾਇਮ ਹੋ ਜਦੋਂ ਹੀ ਤੁਸੀਂ ਇਸ ਸਿੱਖੀ ਦੀ ਪੈਰ ਮੰਜ਼ਿਲ ਤੋਂ ਥੱਲੇ ਪੈਰ ਧਰਿਆ ਕਹਿੰਦਾ ਜਾਵੇ ਗਏ ਵਿਪਰਨ ਕੀ ਰੀਤ ਮੈਂ ਨਾ ਕਰੋ ਇਨ ਕੀ ਪ੍ਰਤੀਤ ਵਿਪਰਨ ਕੀ ਰੀਤ ਕੀ ਆ ਵਿਪਰਨ ਕੀ ਰੀਤ ਇਹ ਆ ਵੀ ਜਿਹੜੀ ਵੀ ਗੱਲ ਸਾਨੂੰ ਗੁਰੂ ਨਾਲੋਂ ਤੋੜ ਦੇਵੇ ਜਿਹੜੀ ਵੀ ਗੱਲ ਸਾਨੂੰ ਸਿੱਖੀ ਨਾਲੋਂ ਤੋੜ ਦੇਵੇ ਉਹ ਵਿਪਰਨ ਕੀ ਰੀਤ ਹੈ ਜਿੱਥੇ ਵੀ ਅਸੀਂ ਸਿੱਖੀ ਛੱਡ ਕੇ ਕੋਈ ਹੋਰ ਕੰਮ ਕਰਮ ਕਰ ਲਿਆ ਗੁਰਸਿੱਖੀ ਵਾਲਾ ਕੰਮ ਨਾ ਕੀਤਾ ਜਿਹੜੇ ਜਦੋਂ ਅਫਗਾਨਿਸਤਾਨ ਵਿੱਚੋਂ ਹਮਲਾ ਕਰਦੇ ਸੀ ਪੰਜਾਬ 'ਤੇ ਹਿੰਦੁਸਤਾਨ 'ਤੇ ਅਤੇ ਹਿੰਦੁਸਤਾਨ ਦੀਆਂ ਬੇਟੀਆਂ ਹਿੰਦੁਸਤਾਨ ਦਾ ਸਾਰਾ ਕਲਚਰ ਸਾਰਾ ਉਹਨਾਂ ਨੇ ਖਰਾਬ ਕਰ ਦਿੱਤਾ ਬੱਚੀਆਂ ਬੰਨ੍ਹ ਬੰਨ੍ਹ ਕੇ ਲੈ ਜਾਂਦੀ ਸੀ ਉਦੋਂ ਕੌਣ ਬਚਾਉਂਦਾ ਸੀ ਤੁਸੀਂ ਕਦੇ ਪੜ੍ਹੋ ਆਪਣਾ ਇਤਿਹਾਸ ਉੱਥੇ ਲਿਖਿਆ ਹੈ
ਮੋੜੀ ਭਾਈ ਕਾ ਚਵਾ ਲਿਆ ਰਣ ਬਸਰੇ ਨੂੰ ਜਾਣੀ ਉਹ ਵੀ ਕਸ਼ਹਿਰੇ ਵਾਲਿਆਂ ਨੇ ਅੰਗ ਸਿੰਘਾ ਤੂੰ ਮੋੜ ਕੇ ਲਿਆ ਉਹ ਉਦੋਂ ਬਚਾਉਂਦੇ ਸੀ ਆਪਣੇ ਦੇਸ਼ ਦੀ ਇੱਜ਼ਤ ਹੋਇਆ ਕਿ ਸਾਡੇ ਕਸੂਰ ਨੂੰ 1984 ਦੀ ਗੱਲ ਇੱਕ ਮਿੰਟ ਲਈ ਮੈਂ ਕਰ ਲੱਗਾ ਵਿੱਚ ਹੋਇਆ ਕਿ ਅਸੀਂ ਵਾਰਾਂ ਗਾਉਣ ਲੱਗ ਗਏ ਅਸੀਂ ਗਲਤ ਵਾਰਾਂ ਗਾਉਣ ਲੱਗ ਗਏ ਅਸੀਂ ਇਹ ਕਹਿਣਾ ਸ਼ੁਰੂ ਕਰਤਾ ਹਿੰਦੂਆਂ ਦੀਆਂ ਬੇਟੀਆਂ ਬਚਾਉਂਦੇ ਸੀ ਨਹੀਂ ਕਿਸੇ ਹਿੰਦੂ ਦੀ ਬੇਟੀ ਨਹੀਂ ਸੀ ਅਸੀਂ ਬਚਾਉਂਦੇ ਅਸੀਂ ਆਪਣੀ ਬੇਟੀ ਬਚਾਉਂਦੇ ਸੀ ਕਿਉਂਕਿ ਬੇਟੀ ਬੇਟੀ ਹੁੰਦੀ ਹੈ ਉਹ ਭਾਵੇਂ ਹਿੰਦੂ ਦੀ ਹੋਵੇ ਭਾਵੇਂ ਮੁਸਲਮਾਨ ਦੀ ਹੋਵੇ ਭਾਵੇਂ ਈਸਾਈ ਦੀ ਹੋਵੇ ਅਤੇ ਭਾਵੇਂ ਕਿਸੇ ਹੋਰ ਦੀ ਹੋਵੇ ਬੇਟੀ ਬੇਟੀ ਹੁੰਦੀ ਹੈ ਆਪਣੀ ਹੁੰਦੀ ਹੈ ਕੋਈ ਵੀ ਧੀ ਜਿਹੜੀ ਉਹ ਮੇਰੀ ਧੀ ਆ ਜਦੋਂ ਅਸੀਂ ਕਹਿੰਦੇ ਹਾਂ ਫਲਾਣੇ ਦੀ ਫਿਰ ਅਸੀਂ ਵੀ ਵੱਖਰੇ ਹੋ ਜਾਂਦੇ ਹਾਂ ਸਿੱਖ ਲਈ ਸਾਰਾ ਸੰਸਾਰ ਆਪਣਾ ਆ ਇੱਕ ਪਿਤਾ ਇੱਕ ਸਕੇ ਹੰਬਾਰਕ ਤੂੰ ਮੇਰਾ ਗੁਰਹਾਈ ਸਿੱਖ ਲਈ ਕੋਈ ਬਗਾਨਾ ਨਹੀਂ ਹੈਗਾ ਕੋਈ ਬੇਟੀ ਬਗਾਨੀ ਨਹੀਂ ਹੈਗੀ ਸਿੱਖ ਲਈ ਸਾਰੀਆਂ ਧੀਆਂ ਉਹਦੀਆਂ ਧੀਆਂ ਨੇ ਇੱਥੇ ਅਸੀਂ ਗਲਤੀ ਕੀਤੀ ਕਿ ਅਸੀਂ ਹਿੰਦੂਆਂ ਦੀਆਂ ਬੇਟੀਆਂ ਬਚਾਉਂਦੇ ਸੀ ਅਸੀਂ ਗਲਤੀ ਕੀਤੀ ਆਪਣੀ ਗਲਤੀ ਦੀ ਸਜ਼ਾ ਫਿਰ ਅਸੀਂ ਭੁਗਤੀ ਉਹਨਾਂ ਨੂੰ ਚੰਗਾ ਨਹੀਂ ਸੀ ਲੱਗਦਾ ਉਹਨਾਂ ਨੇ ਸਾਰਾ ਫਿਰ ਚੱਕਰ ਬਣਾ ਕੇ ਚੱਕਰ ਵਿੱਚ ਫਸਾ ਕੇ ਸਾਨੂੰ 84 ਦੇ ਦੰਗੇ ਕੀਤੇ ਉਹ ਦੰਗੇ ਕਰਕੇ ਸਾਨੂੰ ਉੱਥੇ ਸਾਰਿਆਂ ਟਾਇਰ ਪਾ ਕੇ ਕਈ ਕੁਛ ਕਰਕੇ ਤੁਹਾਨੂੰ ਸਾਰਾ ਪਤਾ ਤੁਸੀਂ ਜ਼ਿਆਦਾ ਪੜ੍ਹੇ ਲਿਖੇ ਹੋ ਤਾਂ ਉੱਥੇ ਫਿਰ ਹੁਣ ਅਸੀਂ ਕੀ ਕਹਿਣ ਲੱਗ ਗਏ ਹਾਂ ਹੁਣ ਅਸੀਂ ਇਹ ਕਹਿਣ ਲੱਗ ਗਏ ਹਾਂ ਸਾਡੀਆਂ ਮਾਵਾਂ ਦੀ ਸਾਡੀਆਂ ਭੈਣ ਦੀ ਸਾਡੀਆਂ ਧੀਆਂ ਦੀ ਬੇਪੱਤੀ ਹੋਈ ਉਹ ਹੁਣ ਕੀ ਕਹਿੰਦੇ ਨੇ ਤੁਸੀਂ ਤਾਂ ਆਪਣੀਆਂ ਦੀ ਨਹੀਂ ਬਚਾ ਸਕਦੇ ਦੂਜਿਆਂ ਦੀ ਕਿਵੇਂ ਬਚਾਓਗੇ ਕਾਰਨ ਕੀ ਸੀ ਅਸੀਂ ਆਪਣੇ ਗੁਰੂ ਨਾਲੋਂ ਟੁੱਟ ਗਏ ਗੁਰੂ ਨਾਨਕ ਸਾਹਿਬ ਨੇ ਕਿਹਾ ਡੰਡੇ ਸਿਮਰਨ ਹਰ ਕਿਛ ਲਦਮ ਡਿੱਠੂ ਨਾ ਡਿੱਠਮ ਕੋਈ ਜਿਸ ਪਤ ਰੱਖੇ ਸੱਚਾ ਸਾਹਿਬ ਮੇਟ ਨਾ ਸਕੇ ਕੋਈ ਜੇ ਤੁਸੀਂ ਕਿਤੇ ਆਪਣੇ ਗੁਰੂ ਨਾਲ ਜੁੜੇ ਹੋਵੋ ਤੁਹਾਡੀ ਇੱਜ਼ਤ ਨੂੰ ਕੋਈ ਹੱਥ ਨਹੀਂ ਪਾ ਸਕਦਾ ਸਾਡੀਆਂ ਭੈਣਾਂ ਮਾਵਾਂ ਧੀਆਂ ਜੇਲ੍ਹਾਂ ਵਿੱਚ ਰਹੀਆਂ ਸਵਾ ਸਮਾਨ ਪੀਸਣ ਪੀਸੇ ਉਹਨਾਂ ਬੱਚਿਆਂ ਦੇ ਟੁਕੜੇ ਕਰਾ ਲਏ ਆਪਣੇ ਗਲਾਂ ਵਿੱਚ ਖਾਂਦਰਾਂ ਦੇ ਹਾਰ ਪਵਾ ਲਏ ਪਰ ਕਿਸੇ ਦੀ ਜ਼ਰੂਰਤ ਨਾ ਪਈ ਉਹਨਾਂ ਨੂੰ ਵੇਖਣ ਦੀ ਵੀ ਕਿਉਂਕਿ ਉਹਨਾਂ ਦੇ ਅੰਦਰ ਗੁਰੂ ਕਰਤਾ ਪੁਰਖ ਕਰਤਾ ਪੁਰਖ ਕਰਤਾ ਪੁਰਖ ਆਪ ਵਸਦਾ ਸੀ ਜਦੋਂ ਤੁਹਾਡੇ ਅੰਦਰ ਕਰਤਾ ਪੁਰਖ ਵਸਦਾ ਹਾਂ ਸਾਡੇ ਸਰੀਰ ਨੂੰ ਕੋਈ ਮਾਰ ਸਕਦਾ ਕੋਈ ਗੱਲ ਨਹੀਂ ਕੋਈ ਵੀ ਸਾਨੂੰ ਮਾਰ ਸਕਦਾ ਪਰ ਸਾਡੀ ਇੱਜ਼ਤ ਨੂੰ ਕੋਈ ਨਹੀਂ ਹੱਥ ਪਾ ਸਕਦਾ ਕਿਉਂਕਿ ਅੰਦਰ ਕਰਤਾ ਪੁਰਖ ਬੈਠਾ ਇੱਜ਼ਤ ਬਚਾਉਣ ਵਾਲਾ ਜਿਸ ਪੱਤ ਰੱਖੇ ਸੱਚਾ ਸਾਹਿਬ ਨਾਨਕ ਮੇਟ ਨਾ ਸਕੇ ਕੋਈ ਕੋਈ ਦੁਨੀਆਂ ਦੀ ਤਾਕਤ ਉਹਦੀ ਇੱਜ਼ਤ ਨੂੰ ਹੱਥ ਨਹੀਂ ਪਾ ਸਕਦੀ ਜਿਹਦੇ ਸਿਰ 'ਤੇ ਗੁਰੂ ਕਰਤਾਰ ਹੈ ਸਿਰ ਉੱਪਰ ਠਾਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਜੇ ਤੁਸੀਂ ਗੁਰੂ ਨੂੰ ਸਿਰ 'ਤੇ ਜਾਣੋਗੇ ਯੂਨੀਵਰਸਿਟੀ 'ਚ ਰਹੋ ਦੁਨੀਆਂ 'ਚ ਰਹੋ ਜਿੱਥੇ ਮਰਜ਼ੀ ਰਹੋ ਲੱਖਾਂ 'ਚ ਖੜ੍ਹੇ ਰਹੋ ਗੁਰੂ ਤੁਹਾਡੇ ਨਾਲ ਹੈ ਗੁਰ ਮੇਰੇ ਸੰਗ ਸਦਾ ਹੈ ਨਾਲ ਹੈ ਸਿਮਰ ਸਿਮਰ ਦਿਸ ਸਦਾ ਸੰਭਾਲੇ ਗੁਰੂ ਤੁਹਾਡੀ ਰੱਖਿਆ ਕਰੇਗਾ ਜੇ ਗੁਰੂ ਨਾਲ ਨਹੀਂ ਜੇ ਤੁਸੀਂ ਗੁਰੂ ਤੋਂ ਬੇਮੁੱਖ ਹੋ ਗਏ ਜੇ ਗੁਰੂ ਦੇ ਦੱਸੇ ਹੋਏ ਰਸਤੇ ਤੋਂ ਭਟਕ ਗਏ ਉਹਨੇ ਕਿਹਾ ਮੈਂ ਨਾ ਕਰੋ ਇਹਨ ਕੀ ਪ੍ਰਤੀਤ ਸਦਾ ਗੁਰੂ ਨੂੰ ਅੰਗ ਸੰਗ ਸਮਝੋਗੇ ਜਿੱਥੇ ਮਰਜ਼ੀ ਰਹੋ ਚੜ੍ਹਦੀ ਕਲਾ ਹੋਏਗੀ ਲੋਕ ਤੁਹਾਨੂੰ ਨਮਸਕਾਰ ਕਰਨਗੇ ਕੋਈ ਐਸੀ ਗੱਲ ਨਹੀਂ ਲੋਕ ਸਤਿਕਾਰ ਕਰਦੇ ਨੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਤਾਂ ਬੜੇ ਇਮਾਨਦਾਰ ਨੇ ਉਹਨੇ ਲਿਖਿਆ ਕਹਿੰਦਾ ਇਹ ਜਦੋਂ ਮੁਸਲਮਾਨ ਹਮਲਾ ਕਰਦੇ ਸੀ ਨਾ ਪੰਜਾਬ 'ਤੇ ਉਹਨੇ ਪੁੱਛਿਆ ਇਹ ਕੌਣ ਨੇ ਲੰਬੀਆਂ ਲੰਬੀਆਂ ਦਾੜੀਆਂ ਵਾਲੇ ਲੰਬੇ ਲੰਬੇ ਕੇਸਾਂ ਵਾਲੇ ਇਹ ਕੌਣ ਨੇ ਕਿੱਥੇ ਨੇ ਇਹਨਾਂ ਦੇ ਘਰ ਘਾਟ ਮੈਂ ਇਹਨਾਂ ਦੇ ਘਰ ਘਾਟ ਸਾਰ ਦਿਆਂ ਮੈਂ ਇਹਨਾਂ ਨੂੰ ਮਾਰ ਦਿਆਂ ਮੈਨੂੰ ਬਰਬਾਦ ਕਰ ਦਿਆਂ ਉਹ ਕਹਿੰਦੇ ਇਹਨਾਂ ਦੇ ਘਰ ਘਾਟ ਹੈ ਹੀ ਨਹੀਂ ਇਹ ਘੋੜਿਆਂ ਦੀਆਂ ਕਾਠੀਆਂ 'ਤੇ ਰਹਿੰਦੇ ਇਹਨਾਂ ਨੂੰ ਜੇ ਕਿਤੇ ਇੱਕ ਰੋਟੀ ਮਿਲ ਜਾਵੇ ਜੇ ਇਹਨਾਂ ਨੂੰ ਕਿਤੇ ਇੱਕ ਰੋਟੀ ਮਿਲ ਜਾਵੇ ਨਾ ਕਈ ਦਿਨਾਂ ਦੇ ਭੁੱਖੇ ਭਾਣਿਆਂ ਨੂੰ ਅਤੇ ਥੱਲੇ ਰੱਖਦੇ ਨੇ ਅਤੇ ਅਰਦਾਸ ਕਰਦੇ ਨੇ ਗੁਰੂ ਦਾ ਲੰਗਰ ਤਿਆਰ ਹੈ ਜੇ ਕੋਈ ਭੁੱਖਾ ਹੈ ਤਾਂ ਛੱਕ ਲਵੇ ਅਗਲਾ ਸਵਾਲ ਕੀਤਾ ਜੇ ਕੋਈ ਭੁੱਖਾ ਆ ਜਾਂਦਾ ਤਾਂ ਫਿਰ ਰੋਟੀ ਦਾ ਕੀ ਕਰਦੇ ਨੇ ਕਹਿੰਦੇ ਉਹਨੂੰ ਪਾ ਦਿੰਦੇ ਨੇ ਕਹਿੰਦੇ ਆਪ ਕੀ ਕਰਦੇ ਨੇ ਕਹਿੰਦੇ ਗੁਰੂ ਦਾ ਲੰਗਰ ਮਸਤ ਹੋ ਗਿਆ ਉਹਨੂੰ ਪਾ ਦਿੰਦੇ ਕਹਿੰਦੇ ਬੇਟੀ ਨੂੰ ਬੇਟੀ ਜਾਣਦੇ ਨੇ ਵੀ ਵਿਚਾਰੀ ਨਹੀਂ ਹੈਗੇ ਮਾਂ ਨੂੰ ਮਾਂ ਕਹਿੰਦੇ ਨੇ ਹਰ ਇਸਤਰੀ ਦਾ ਬੜਾ ਸਤਿਕਾਰ ਕਰਦੇ ਨੇ ਕਿਸੇ ਦੇ ਧਨ ਦੌਲਤ ਨੂੰ ਲੁੱਟਦੇ ਨਹੀਂ ਚੋਰੀ ਨਹੀਂ ਕਰਦੇ ਕੁਛ ਨਹੀਂ ਕਰਦੇ ਅਤੇ ਉਹ ਪਤਾ ਕੀ ਕਹਿੰਦਾ ਕਹਿੰਦਾ ਇਹ ਫਿਰ ਇੱਕ ਦਿਨ ਇਸ ਦੇਸ਼ 'ਤੇ ਰਾਜੇ ਹੋਣਗੇ ਰਾਜ ਐਵੇਂ ਨਹੀਂ ਮਿਲਦੇ ਰਾਜ ਮਿਲਦੇ ਨੇ ਕਮਾਈ ਕਰਕੇ ਹਸਤੀ ਸਿਰ ਜੋ ਅੰਕ ਸਹਿ ਐਰਨ ਜੂ ਸਿਰ ਦੇ ਮਨ ਤਾਂ ਨਾਗੇ ਰੱਖ ਕੇ ਉੱਚੀ ਸੇਵ ਕਰੇ ਜਿਉਂ ਗੁਰਮੁੱਖ ਆਪ ਨਿਵਾਰੀਏ ਸਭ ਰਾਜ ਸ੍ਰਿਸ਼ਟ ਕਰ ਲਏ ਬ੍ਰਹਮ ਬਿੰਦੇ ਇਸਦਾ ਬ੍ਰਹਮ ਤ੍ਰਹਿ ਏਕ ਸ਼ਬਦ ਲਈ ਬੁਲਾਏ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ ਸੋ ਸਾਨੂੰ ਗੁਰਸਿੱਖ ਬਣਨਾ ਪੈਣਾ ਹੈ ਬਣਨਾ ਚਾਹੀਦਾ ਆ ਜੇ ਸੰਸਾਰ ਵਿੱਚ ਹੀ ਰੁਲ ਗਏ ਅੱਗੇ ਸੰਸਾਰ ਤਾਂ ਸਾਰਾ ਰੁਲ ਗਿਆ ਸਾਰਾ ਸੰਸਾਰ ਦੁਖੀ ਹੈ ਤੁਸੀਂ ਇਹ ਮਤ ਸੋਚਿਓ ਇਹਨਾਂ ਕੋਲ ਪੈਸੇ ਬਹੁਤ ਨੇ ਇਹ ਬਹੁਤ ਅਮੀਰ ਨੇ ਇਹਨਾਂ ਕੋਲ ਵੱਡੀਆਂ ਵੱਡੀਆਂ ਕਾਰਾਂ ਨੇ ਇਹਨਾਂ ਕੋਲ BMW ਨੇ ਇਹਨਾਂ ਕੋਲ ਵੱਡੇ ਵੱਡੇ ਘਰ ਨੇ ਮੈਂ ਸਾਰਿਆਂ ਕੋਲ ਜਾ ਕੇ ਦੇਖਿਆ ਨਾ ਵੱਡੇ ਘਰਾਂ ਵਾਲੇ ਸੁਖੀ ਨੇ ਨਾ ਵੱਡੀਆਂ ਕਾਰਾਂ ਵਾਲੇ ਸੁਖੀ ਨੇ ਸੁਖੀ ਉਹੀ ਹੈ ਜਦੋਂ ਕੋਲ ਵਾਹਿਗੁਰੂ ਦਾ ਨਾਮ ਹੈ ਜਿਹੜਾ ਨਿਤਨੇਮੀ ਹੈ ਜਿਹੜਾ ਗੁਰੂ ਨਾਲ ਪਿਆਰ ਕਰਦਾ ਹੈ ਜਿਹੜਾ ਗੁਰੂ ਬਾਬੇ ਦੀ ਬਾਣੀ ਪੜ੍ਹਦਾ ਨਾਰਾਇਣ ਕਿਹਾ ਸੱਚੀ ਬਾਣੀ 'ਚ ਉਹੀ ਅਮੀਰ ਹੈ ਜਿਹਦੇ ਕੋਲ ਵਾਹਿਗੁਰੂ ਦਾ ਧੰਨ ਨਾਨਕ ਨਿਰਧਨ ਤਿਤ ਦਿਨ ਜਿਤ ਦਿਨ ਵਿਸਰੈ ਨਾਮ ਜਿੱਦਣ ਰੱਬ ਦਾ ਨਾਮ ਵਿਸਰ ਗਿਆ ਉਦਣ ਹੀ ਗਰੀਬ ਹੋ ਜਾਂਦਾ ਜਦੋਂ ਰੱਬ ਦਾ ਨਾਮ ਚੇਤਾ ਆਉਂਦਾ ਜਿਨ ਕੇ ਪੱਲੇ ਧਨ ਵਸੇ ਤਿਨ ਕਾ ਨਾਮ ਫਕੀਰ ਜਿਨ ਕੇ ਹਿਰਦੇ ਤੂੰ ਵਸੇ ਤੇ ਨਾਰ ਗੁਣੀ ਗਹੀਰ ਜਿਹਦੇ ਹਿਰਦੇ ਵਿੱਚ ਪਰਮਾਤਮਾ ਵਸਦਾ ਹੈ ਉਹੀ ਅਮੀਰ ਹੈ ਉਹੀ ਸਭ ਤੋਂ ਅਮੀਰ ਹੈ ਜਿਹਦੇ ਕੋਲ ਪਰਮਾਤਮਾ ਨਹੀਂ ਉਹਦੇ ਕੋਲ ਲੱਖਾਂ ਕਰੋੜਾਂ ਵੀ ਹੋਣ ਉਹ ਗਰੀਬ ਹੈ ਉਹਦੇ ਕੋਲ ਕੁਛ ਨਹੀਂ ਉਹ ਚਿੰਤਾ 'ਚ ਮਰਦਾ ਪਿਆ ਤੋ ਚਿੰਤਾ ਨਾ ਕਰੋ ਚਿੰਤਾ ਕਰਨ ਦੀ ਲੋੜ ਨਹੀਂ ਮਾਰਗ ਕਿਆ ਚਿੰਤਤ
ਤਹੀ ਦਿਸੈ ਸਭ ਕੋਇ ਚੇਤਾ ਏਕ ਤਹੀ ਸੁਖ ਹੋਇ ਸਾਰਾ ਸੰਸਾਰ ਚਿੰਤਾ ਕਰਦਾ ਪਿਆ ਤੁਸੀਂ ਮੈਂ ਸਾਰੇ ਪਾਸਟ 'ਚ ਜੀ ਰਹੇ ਹਾਂ ਜਾਂ ਫਿਊਚਰ 'ਚ ਜੀ ਰਹੇ ਹਾਂ ਪਾਸਟ ਬਾਰੇ ਸੋਚੀ ਜਾਂਦੇ ਹਾਂ ਕੁਛ ਗਲਤ ਹੋ ਗਿਆ ਕੁਛ ਠੀਕ ਹੋ ਗਿਆ ਜਾਂ ਕੁਛ ਹੁੰਦੇ ਹਾਂ ਜਾਂ ਉਦਾਸ ਹੁੰਦੇ ਹਾਂ ਜਾਂ ਭਵਿੱਖ ਦੇ ਸੁਪਨੇ 'ਚ ਜਾਂਦੇ ਰਹਿੰਦੇ ਹਾਂ ਫਿਊਚਰ 'ਚ ਇਹ ਕਰਾਂਗੇ ਡਿਗਰੀ ਕਰਾਂਗੇ ਫਿਰ ਇਹ ਕਰਾਂਗੇ ਫਿਰ ਇਹ ਕਰਾਂਗੇ ਫਿਰ ਇਹ ਕਰਾਂਗੇ ਜਿਹੜਾ ਪ੍ਰੈਜੈਂਟ ਹੈ ਸਾਡੇ ਕੋਲ ਬਹੁਤ ਛੋਟਾ ਹੈ ਪ੍ਰੈਜੈਂਟ ਸਿਰਫ ਓਨਲੀ ਵਨ ਸਵਾਸ ਹੈ ਸਾਡੇ ਕੋਲ ਇੱਕ ਸਵਾਸ ਵਨ ਬ੍ਰੈਥ ਓਨਲੀ ਇੱਕੋ ਬ੍ਰੈਥ ਹੈ ਸਾਡੇ ਕੋਲ ਪ੍ਰੈਜੈਂਟ ਗੁਰੂ ਨਾਨਕ ਸਾਹਿਬ ਨੇ ਕਿਹਾ ਤੂੰ ਇਸ ਬ੍ਰੈਥ 'ਚ ਜੀ ਜਿਹਨੇ ਇਸ ਬ੍ਰੈਥ 'ਚ ਜਿੰਨਾ ਸਿੱਖ ਲਿਆ ਇੱਕ ਸਾਹ 'ਚ ਉਹਦਾ ਜੀਵਨ ਕਾਮਯਾਬ ਹੋ ਜਾਏਗਾ ਉਹਨੇ ਕਿਹਾ ਤੂੰ ਇਸ ਸਵਾਸ ਸਾਸ ਸਾਸ ਸਮਾਨ ਹਰ ਹਰ ਨਾਨ ਸਦ ਬਣ ਜਾਓ ਮੈਂ ਆਈ ਐਮ ਸੈਕਰੀਫਾਈਸ ਟੂ ਦੋਸ ਗੁਰ ਸਿੱਖ ਜਿਹੜੇ ਚੇਤਾ ਕਰਦੇ ਨੇ ਦੇ ਹੂ ਰਿਮੈਂਬਰ ਵਾਹਿਗੁਰੂ ਵਿਦ ਐਵਰੀ ਬ੍ਰੈਥ ਹਰ ਸਵਾਸ ਨਾਲ ਇੱਕੋ ਹੀ ਸਵਾਸ ਹੈ ਸਾਡੇ ਕੋਲ ਉਹ ਹੈ ਜਿਹੜਾ ਹੁਣ ਆ ਰਿਹਾ ਇਸ ਸਵਾਸ 'ਚ ਤੁਸੀਂ ਕਹੋਗੇ ਵਾਹਿਗੁਰੂ ਇਹ ਤੁਹਾਡਾ ਪਾਸੇ ਚੱਲੇਗਾ ਸਮਾਂ ਸਫਲ ਹੋ ਜਾਏਗਾ ਫਿਊਚਰ 'ਚ ਆ ਰਿਹਾ ਵਾਹਿਗੁਰੂ 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 ਕਮਿੰਗ ਫਰੋਮ ਫਿਊਚਰ ਗੋਇੰਗ ਟੂ ਪਾਸਟ ਪਾਸਟ ਅਤੇ ਫਿਊਚਰ ਦੋਵੇਂ ਤੁਹਾਡੇ ਸਫਲ ਹੋ ਜਾਣਗੇ ਜੇ ਤੁਸੀਂ ਤੁਹਾਡਾ ਪ੍ਰੈਜੈਂਟ ਤੁਹਾਡੇ ਕੋਲ ਹੈ ਜੇ ਤੁਹਾਡੇ ਕੋਲ ਪ੍ਰੈਜੈਂਟ ਨਹੀਂ ਹੈਗਾ ਤੁਸੀਂ ਪਾਸਟ ਬਾਰੇ ਸੋਚੀ ਜਾਂਦੇ ਹੋ ਫਿਊਚਰ ਬਾਰੇ ਸੋਚੀ ਜਾਂਦੇ ਹੋ ਤੁਹਾਡਾ ਫਿਊਚਰ ਵੀ ਨਹੀਂ ਬਣਨਾ ਪਾਸਟ ਵੀ ਨਹੀਂ ਬਣਨਾ ਸੋਚ ਸੋਚ ਕੇ ਤੁਹਾਡਾ ਸਾਰਾ ਸਮਾਂ ਖਰਾਬ ਹੋ ਜਾਣਾ ਤੁਸੀਂ ਪ੍ਰੈਜੈਂਟ ਨੂੰ ਸੰਭਾਲੋਗੇ ਖੁਸ਼ ਹੋਵੋਗੇ ਜੇ ਖੁਸ਼ ਰਹਿਣਾ ਚਾਹੁੰਦੇ ਹੋ ਬਿਮਾਰ ਕਹਿੰਦੇ ਨੇ ਸਾਧ ਖੁਸ਼ੀਆਂ ਕੀਰਤਨ ਜਪਣਾ ਜੇ ਤੂੰ ਸਦਾ ਖੁਸ਼ੀ ਚਾਹੁੰਦਾ ਸਦਾ ਸਦਾ ਨਾਮ ਜਪਣਾ ਪੈਣਾ ਸਦਾ 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 ਸਿਮਰ ਸਿਮਰ ਸਦਾ ਸੁੱਖ ਪਾਈਏ ਜੀਵਨੇ ਕਾ ਮੋਲ ਜਿਹੜਾ ਸਾਡੀ ਜ਼ਿੰਦਗੀ ਦਾ ਮੋਲ ਆ ਪਰਮਾਤਮਾ ਅਸੀਂ ਪਰਮਾਤਮਾ ਨੂੰ ਮਿਲਣ ਲਈ ਜੀਵਨ ਸਾਨੂੰ ਮਿਲਿਆ ਮਨ ਤੂੰ ਜੋਤ ਸਰੂਪ ਆਪਣਾ ਮੂਲ ਪਛਾਣ ਉਹਨੇ ਤੁਸੀਂ ਰਹਿਰਾਸ ਵਿੱਚ ਪੰਕਤੀ ਪੜ੍ਹੀ ਹੋਣੀ ਭਈ ਪ੍ਰਾਪਤ ਮਾਨੁਖ ਦਿਓਰੀਆ ਗੋਬਿੰਦ ਮਿਲਣ ਕੀ ਇਹ ਤੇ ਇਹ ਠੀਕ ਹੈ ਵੀ ਤੁਸੀਂ ਯੂਨੀਵਰਸਿਟੀ ਡਿਗਰੀ ਕਰਨ ਆਏ ਹੋ ਵੀ ਕਰਨੀ ਹੈ ਕਿਉਂਕਿ ਆਪਾਂ ਘਾਲ ਖਾ ਕੇ ਛੱਥੂ ਦੇ ਨਾਨਕ ਰਾਹ ਪਛਾਣੇ ਸੀ ਅਸੀਂ ਕਿਰਤ ਕਰਕੇ ਰੋਟੀ ਖਾਣੀ ਹੈ ਇਹ ਕਿਰਤੀਆਂ ਦਾ ਪੰਥ ਆ ਵੇਲੜਾਂ ਦਾ ਪੰਥ ਨਹੀਂ ਇੱਥੇ ਹਰ ਇੱਕ ਨੂੰ ਕਿਰਤ ਕਰਕੇ ਰੋਟੀ ਖਾਣੀ ਪੈਣੀ ਹੈ ਕਿਰਤ ਕਰਕੇ ਖਾਏ ਅਤੇ ਕੁਛ ਕਿਰਤ ਵਿੱਚੋਂ ਸੰਸਾਰ ਨੂੰ ਵੰਡੇ ਵੀ ਲੋਕ ਬੰਦਾਂ ਨੂੰ ਦਵੇ ਉਹ ਕਿਰਤ ਕਰਨੀ ਹੈ ਤੁਸੀਂ ਕਿਰਤ ਹੈ ਤੁਹਾਡੀ ਜੋ ਤੁਸੀਂ ਇਹ ਯੂਨੀਵਰਸਿਟੀ ਡਿਗਰੀ ਕਰਕੇ ਅੱਗੇ ਕੋਈ ਆਫਿਸਰ ਲੱਗੋਗੇ ਕਿਸੇ ਕੋਈ ਕੰਮ ਕਰੋਗੇ ਕੋਈ ਬਿਜ਼ਨਸ ਕਰੂਗਾ ਕੋਈ ਵਪਾਰ ਕਰੂਗਾ ਕੋਈ ਨੌਕਰੀ ਕਰੂਗਾ ਕੋਈ ਕੁਛ ਹੋਰ ਕਰੂਗਾ ਇਹ ਤੁਹਾਨੂੰ ਕਰਨਾ ਪੈਣਾ ਹੈ ਵੀ ਪਰ ਇਹਦੇ ਨਾਲ ਨਾਲ ਤੁਹਾਨੂੰ ਰੱਬ ਦਾ ਨਾਮ ਵੀ ਲੈਣਾ ਚਾਹੀਦਾ ਸਵੇਰੇ ਉੱਠ ਕੇ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਭਾਵੇਂ 5 ਮਿੰਟ 10 ਮਿੰਟ ਜਿੰਨਾ ਵੀ ਤੁਹਾਨੂੰ ਸਮਾਂ ਮਿਲੇ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਕੰਮ ਕੀ ਕਰਨਾ ਗੁਰੂ ਦੇ ਸਿੱਖ ਨੇ ਨਾਮ ਜਪਣਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਪਲ ਕੇ ਉੱਠ ਔਰ ਨਾਮ ਧਿਆਵੇ ਸਵੇਰੇ ਉਹਦਾ ਪਹਿਲਾ ਕੰਮ ਇਹ ਆ ਸਵੇਰੇ ਉੱਠਦੇ ਸਾਰ ਵਾਹਿਗੁਰੂ ਦਾ ਨਾਮ ਜਪੇ ਵਾਹਿਗੁਰੂ 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 ਸਵੇਰੇ ਉੱਠਦੇ ਸਾਰੇ ਹੀ ਕੰਮ ਕਰਨਾ ਪਹਿਲਾ ਕੰਮ ਬਿਸਤਰੇ ਉੱਠਦੇ ਸਾਰ ਮੂੰਹ ਹੱਥ ਵੀ ਨਹੀਂ ਧੋਣਾ ਕੁਛ ਨਹੀਂ ਕਰਨਾ ਉੱਠਦੇ ਸਾਰ ਸਭ ਤੋਂ ਪਹਿਲਾਂ ਸ਼ੁਕਰ ਕਰਨਾ ਅਕਾਲ ਪੁਰਖ ਵਾਹਿਗੁਰੂ ਦਾ ਵੀ ਤੂੰ ਮੈਨੂੰ ਸੁੱਤੇ ਪੈਰ ਉਠਾ ਦਿੱਤਾ 5 ਮਿੰਟ 10 ਮਿੰਟ ਜਿੰਨਾ ਤੁਹਾਡੇ ਕੋਲ ਸਮਾਂ ਵੱਧ ਤੋਂ ਵੱਧ ਸਿਮਰਨ ਕਰੋਗੇ ਬਿਨ ਹਰ ਸਿਮਰਨ ਸੁੱਖ ਨਹੀਂ ਪਾਇਆ ਆਨ ਰੰਗ ਫਿੱਕੇ ਸਭ ਮਾਇਆ ਬਿਨਾਂ ਵਾਹਿਗੁਰੂ ਦੇ ਸਿਮਰਨ ਤੋਂ ਕਿਸੇ ਨੂੰ ਕਦੀ ਸੁੱਖ ਪ੍ਰਾਪਤ ਨਹੀਂ ਹੋਇਆ ਮੈਂ ਤੁਹਾਨੂੰ ਪਹਿਲੂ ਹੀ ਦੱਸਿਆ ਮੈਂ ਕਰੋੜਪਤੀਆਂ ਨੂੰ ਵੀ ਮਿਲਿਆ ਹਾਂ ਮੈਂ ਗਰੀਬਾਂ ਨੂੰ ਵੀ ਮਿਲਿਆ ਹਾਂ ਮੇਰੀ ਜ਼ਿੰਦਗੀ ਬਹੁਤ ਮਹਾਰਾਜ ਨੇ ਵਿਸ਼ਾਲ ਕਰਕੇ ਸਾਰੇ ਸੰਸਾਰ ਦਾ ਇੱਕ ਵਾਰ ਚੱਕਰ ਲਵਾਤਾ ਨਾਮ ਜਪਣ ਵਾਲੇ ਵੀ ਬੜੇ ਮਿਲੇ ਨੇ ਰੋਮ ਰੋਮ ਨਾਮ ਜਪਣ ਵਾਲੇ ਮਿਲੇ ਬੜੀਆਂ ਬਖਸ਼ੀਆਂ ਹੋਈਆਂ ਰੂਹਾਂ ਦੇ ਦਰਸ਼ਨ ਸਤਿਗੁਰੂ ਨੇ ਕਰਾਏ ਬੜੇ ਮਾਇਆਧਾਰੀਆਂ ਦੇ ਵੀ ਦਰਸ਼ਨ ਕਰਾਏ ਪਰ ਮਾਇਆ ਲੈਣ ਮਾਰਨ ਕੀ ਕਿਹਾ ਜਿਹੜੇ ਮਾਇਆ ਦੇ ਮੰਦਰ ਤੁਰੇ ਫਿਰਦੇ ਨੇ ਮਾਰ ਕੇ ਦੇ ਮਾਇਆਧਾਰੀ ਆਤ ਅੰਨਾ ਬੋਲਾ ਸ਼ਬਦ ਨਾ ਸੁਣੀ ਬੋਲ ਬਚਾਉਣਾ ਅੰਨਾ ਵੀ ਹੈ ਬੋਲਾ ਵੀ ਨਾ ਉਹਨੂੰ ਸ਼ਬਦ ਸੁਣਦਾ ਨਾ ਉਹਨੂੰ ਸ਼ਬਦ ਦਿਸਦਾ ਫਿਰ ਸੁਖੀ ਕਿਵੇਂ ਹੋਏਗਾ ਅੰਨਾ ਅਤੇ ਬੋਲਾ ਬੰਦਾ ਸੁਖੀ ਨਹੀਂ ਹੋ ਸਕਦਾ ਜਿਹੜਾ ਬੰਦਾ ਅੰਨਾ ਉਹ ਵੀ ਟੋਏ 'ਚ ਡਿੱਗੇਗਾ ਜਿਹੜਾ ਬੋਲਾ ਉਹ ਵੀ ਕੀ ਕਰੇਗਾ ਸੁਖੀ ਨਹੀਂ ਹੋ ਸਕਦਾ ਉਹ ਮਾਇਆ ਦੇ ਮਗਰ ਨਹੀਂ ਭੱਜਣਾ ਪੈਣੀ ਹੈ ਕੰਮ ਕਰਨੇ ਨੇ ਪਰ ਜਿਹੜੇ ਕੰਮ ਕਰਨ ਆਏ ਉਹ ਦੇਖੋ ਗੁਰੂ ਦੀ ਸਿੱਖੀ ਨੂੰ ਆਪਾਂ ਸੰਸਾਰ ਦੇ ਵਿੱਚ ਫੈਲਾਉਣਾ ਹੈ ਗੁਰੂ ਨੇ ਕਿਹਾ ਸੀ ਤਿੰਨ ਹਰਿਮੰਦਰ ਸਾਹਿਬ ਵਾਲੀ ਚਲਾਤੇ ਮਾਰ ਹੈ ਇੱਕ ਹਰਿਮੰਦਰ ਸਾਹਿਬ ਹੈ ਜਿਹਨੂੰ ਤੁਸੀਂ ਹੁਣ ਗੁਰਦੁਆਰਾ ਬਣਾਇਆ ਇਹ ਗੁਰਦੁਆਰਾ ਜਿੱਥੇ ਆਪਾਂ ਬੈਠੇ ਹਾਂ ਸਤਸੰਗਤ ਕਰ ਰਹੇ ਹਾਂ ਇਸ ਵੇਲੇ ਇਹ ਗੁਰਦੁਆਰਾ ਜਿੱਥੇ ਗੁਰੂ ਦੀਆਂ ਗੱਲਾਂ ਹੋ ਰਹੀਆਂ ਨੇ ਸਥਾਨ ਸੁਹਾਵਾ ਪਵਿੱਤਰ ਹੈ ਜਿੱਥੇ ਸੰਤ ਸਭਾ ਜਿੱਥੇ ਸੰਤ ਬੈਠ ਕੇ ਤੁਸੀਂ ਸਾਰੇ ਇਸ ਵੇਲੇ ਸੰਤਾਂ ਦੇ ਰੂਪ ਵਿੱਚ ਬੈਠੇ ਹੋ ਸਾਰੇ ਰੱਬ ਦੀ ਯਾਦ ਵਿੱਚ ਬੈਠੇ ਹੋ ਇਸ ਤਰ੍ਹਾਂ ਯਾਦ 'ਚ ਰਹੋਗੇ ਹਰ ਵੇਲੇ ਸੰਤ ਰਹੋਗੇ ਸੋ ਗੁਰਦੁਆਰਾ ਜਿੱਥੇ ਤੁਸੀਂ ਮੱਥਾ ਟੇਕਣ ਜਾਂਦੇ ਹੋ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ ਉਹ ਸੰਤ ਸਭਾ ਆ ਉਹ ਗੁਰਦੁਆਰਾ ਹਰਿਮੰਦਰ ਹੈ ਦੂਸਰਾ ਹਰਿਮੰਦਰ ਸਤਿਗੁਰੂ ਜੀ ਨੇ ਕਿਹਾ ਹਰਿਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਗੁਰੂ ਨਾਨਕ ਸਾਹਿਬ ਨੇ ਇਹ ਗੁਰਦੁਆਰੇ ਬਣਾਏ ਸੀ ਚੱਲਦੇ ਫਿਰਦੇ ਇਕੱਲਾ ਇਕੱਲਾ ਸਿੱਖ ਗੁਰਦੁਆਰਾ ਬਣਾ ਦਿੱਤਾ ਸੀ ਘਰ ਘਰ ਅੰਦਰ ਧਰਮ ਸਾਹਿਬ ਹੋਏ ਕੀਰਤਨ ਸਦਾ ਵਿਸੋਆ ਘਰ ਘਰ ਘੱਟ ਘੱਟ ਹਿਰਦੇ ਹਰ ਹਿਰਦੇ ਵਿੱਚ ਧਰਮ ਸਾਹਿਬ ਬਣਾ ਦਿੱਤੇ ਗੁਰਦੁਆਰਾ ਬਣਾ ਦਿੱਤਾ ਹਰ ਹਿਰਦੇ ਵਿੱਚ ਆਵਾਜ਼ ਨਿਕਲਦੀ ਸੀ ਵਾਹਿਗੁਰੂ ਅਵਰ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਰੱਬ ਪਜਾ ਕੌਣ ਭਲੇ ਕੋ ਮੰਦੇ ਅਸੀਂ ਸਾਰਿਆਂ 'ਚ ਇੱਕ ਰੱਬ ਨੂੰ ਵੇਖਣਾ ਇੱਥੋਂ ਪਛਾਣਨਾ ਇੱਥੇ ਹੀ ਦਰਸ਼ਨ ਹੋਣੇ
ਜੋ ਕੰਮ ਤੁਸੀਂ ਗੁਰਦੁਆਰੇ ਨਹੀਂ ਕਰ ਸਕਦੇ ਉਹ ਸਾਰੇ ਕੰਮ ਤੁਸੀਂ ਇਸ ਗੁਰਦੁਆਰੇ ਵਿੱਚ ਵੀ ਨਹੀਂ ਕਰ ਸਕਦੇ ਕਿਉਂਕਿ ਉਹ ਵੀ ਗੁਰਦੁਆਰਾ ਹੈ ਹਰਿਮੰਦਰ ਇਹ ਸਰੀਰ ਇਹ ਸਰੀਰ ਵੀ ਤੁਹਾਡਾ ਹਰਿਮੰਦਰ ਹੈ ਇਹ ਵੀ ਰੱਬ ਦਾ ਘਰ ਹੈ ਰੋਮ ਰੋਮ ਮੈਂ ਬਸੇ ਬਰਾਰ ਇਸ ਕਰਕੇ ਅਸੀਂ ਕੇਸ ਨਹੀਂ ਕੱਟਦੇ ਸਾਡੇ ਹਰ ਰੋਮ ਵਿੱਚ ਪਰਮਾਤਮਾ ਵੱਸਦਾ ਹੈ ਹਰ ਸਰੀਰ ਦੇ ਹਰ ਪੁਰਜੇ ਹਰ ਜਗ੍ਹਾ 'ਤੇ ਰੱਤੀ ਰੱਤੀ ਵਿੱਚ ਰੱਬ ਵੱਸ ਰਿਹਾ ਜਿੰਨੇ ਰੋਮ ਨੇ ਸਾਰੇ ਪਰਮਾਤਮਾ ਵੱਸ ਰਿਹਾ ਤੋ ਇਹ ਸਾਡਾ ਸਰੀਰ ਕੀ ਹੈ ਹਰਿਮੰਦਰ ਸਾਹਿਬ ਹੈ ਇਹ ਗੁਰਦੁਆਰਾ ਉਹ ਜਿੱਥੇ ਤੁਸੀਂ ਮੱਥਾ ਟੇਕਣ ਜਾਂਦੇ ਹੋ ਲੰਗਰ ਛਕਣ ਜਾਂਦੇ ਹੋ ਦੂਜਾ ਗੁਰਦੁਆਰਾ ਇਹ ਆ ਸਰੀਰ ਸਾਡਾ ਗੁਰਦੁਆਰਾ ਹੈ ਜਦੋਂ ਇਹ ਨਾ ਪਤਾ ਲੱਗਾ ਉਹ ਕਦੀ ਰੱਬ ਨੂੰ ਨਹੀਂ ਮਿਲ ਸਕਦਾ ਵੀ ਮੈਂ ਪਰਮਾਤਮਾ ਮੇਰਾ ਸਰੀਰ ਹੀ ਗੁਰਦੁਆਰਾ ਨਹੀਂ ਉਹਨੇ ਸਰੀਰ ਨੂੰ ਖਰਾਬ ਕਰ ਲਿਆ ਗਲਤ ਕੰਮ ਕਰੀ ਗਿਆ ਗੁਰਦੁਆਰੇ 'ਚ ਕਰੀ ਜਾਂਦਾ ਜੋ ਵੀ ਗਲਤ ਕੰਮ ਕਰ ਰਿਹਾ ਇਸੇ ਗੁਰਦੁਆਰੇ 'ਚ ਕਰ ਰਿਹਾ ਤੋ ਇਸ ਗੁਰਦੁਆਰੇ ਨੂੰ ਖਰਾਬ ਕਰ ਰਿਹਾ ਅੰਦਰ ਬੈਠੇ ਰੱਬ ਨਾਲ ਲੜਾਈ ਲੈ ਰਿਹਾ ਇਸ ਸਰੀਰ ਦਾ ਸਤਿਕਾਰ ਕਰਨਾ ਜਿਹਨੇ ਆਪਣਾ ਸਤਿਕਾਰ ਨਹੀਂ ਕੀਤਾ ਉਹ ਦੂਜੇ ਦਾ ਵੀ ਕੋਈ ਸਤਿਕਾਰ ਨਹੀਂ ਕਰ ਸਕਦਾ ਪਹਿਲਾਂ ਆਪਣੇ ਸਰੀਰ ਦਾ ਸਤਿਕਾਰ ਕਰਨਾ ਸਿੱਖੋ ਆਪਣੇ ਆਪ ਦੀ ਰਿਸਪੈਕਟ ਕਰਨੀ ਸਿੱਖੋ ਜਦੋਂ ਤੁਸੀਂ ਆਪਣੇ ਅੰਦਰ ਬੈਠੇ ਰੱਬ ਦੀ ਰਿਸਪੈਕਟ ਕਰੋਗੇ ਆਪਣੇ ਅੰਦਰ ਬੈਠੇ ਰੱਬ ਨੂੰ ਪਹਿਚਾਣ ਲੋਗੇ ਸਾਰੀ ਦੁਨੀਆ ਤੁਹਾਨੂੰ ਪਹਿਚਾਣ ਲੇਗੀ ਸਾਰੀ ਦੁਨੀਆ ਤੁਹਾਡੇ ਮਗਰ ਤੁਰੀ ਫਿਰੇਗੀ ਜੇ ਨਾਮ ਸਭ ਗੁਰੂ ਪੂਜਿਆ ਦਿਨ ਹਰ ਪੂਜ ਕਰਾਉ ਜਿਹਨਾਂ ਨੇ ਗੁਰੂ ਦੀ ਪੂਜਾ ਕੀਤੀ ਜਿਹਨਾਂ ਨੇ ਪਹਿਚਾਣ ਲਿਆ ਆਪਣੇ ਆਪ ਨੂੰ ਲੋਕ ਉਹਨਾਂ ਦੇ ਮਗਰ ਤੁਰੇ ਫਿਰੇ ਗੁਰੂ ਨਾਨਕ ਸਾਹਿਬ ਦੇ ਮਗਰ ਲੋਕ ਤੁਰੇ ਫਿਰਦੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਲੋਕ ਸੁੱਖ ਲੱਭਦੇ ਨੇ ਪਏ ਜਿਹਨਾਂ ਨੇ ਪੜ੍ਹਿਆ ਜਿਹਨਾਂ ਨੇ ਵਿਚਾਰਿਆ ਉਹਨਾਂ ਨੇ ਸੁੱਖ ਲੱਭ ਲਿਆ ਸੋ ਪਹਿਲਾ ਹਰਿਮੰਦਰ ਗੁਰਦੁਆਰਾ ਜਿੱਥੇ ਤੁਸੀਂ ਮੱਥਾ ਟੇਕਣ ਜਾਂਦੇ ਦੂਜਾ ਹਰਿਮੰਦਰ ਤੁਹਾਡਾ ਸਰੀਰ ਹੈ ਤੁਹਾਡੀ ਮਰਜ਼ੀ ਇਹਨੂੰ ਹਰਿਮੰਦਰ ਰਹਿਣ ਦੇਣਾ ਤੁਹਾਡੀ ਮਰਜ਼ੀ ਇਹਨੂੰ ਜੋ ਮਰਜ਼ੀ ਬਣਾ ਲਓ ਕਿਸੇ ਨੇ ਠੇਕਾ ਬਣਾ ਲਿਆ ਕਿਸੇ ਨੇ ਕੁਛ ਬਣਾ ਲਿਆ ਕਿਸੇ ਨੇ ਜੋ ਸ਼ਰਾਬ ਪੀ ਜਾਂਦੇ ਨੇ ਇਹਨੂੰ ਠੇਕਾ ਬਣਾ ਲਿਆ ਉਹਨਾਂ ਨੇ ਜਿਹੜੇ ਬਾਣੀ ਪੜ੍ਹਦੇ ਨੇ ਅੰਮ੍ਰਿਤ ਛਕਦੇ ਨੇ ਉਹਨਾਂ ਨੇ ਇਹਨੂੰ ਗੁਰਦੁਆਰਾ ਬਣਾ ਲਿਆ ਅੰਮ੍ਰਿਤਸਰ ਬਣਾ ਲਿਆ ਇਹੀ ਸਰੀਰ ਤੁਹਾਡਾ ਅੰਮ੍ਰਿਤਸਰ ਹੈ ਇਹਦੇ ਵਿੱਚੋਂ ਹੀ ਅੰਮ੍ਰਿਤ ਦੇ ਦਰਸ਼ਨ ਹੋਣੇ ਇਹਦੇ ਵਿੱਚੋਂ ਹੀ ਅੰਮ੍ਰਿਤ ਪੀਣਾ ਇਹਦੇ 'ਚ ਹੀ ਸਵਾਸ ਸਵਾਸ ਨਾਮ ਜਪ ਕੇ ਪਰਮਾਤਮਾ ਦੇ ਦਰਸ਼ਨ ਹੋਣੇ ਜੇ ਤੁਹਾਨੂੰ ਸਮਝ ਲੱਗ ਗਈ ਗੱਲ ਦੀ ਤੀਜਾ ਹਰਿਮੰਦਰ ਹੈ ਹਰਿਮੰਦਰ ਇਹ ਜਗਤ ਹੈ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਹ ਸਾਰਾ ਸੰਸਾਰ ਪਰਮਾਤਮਾ ਦਾ ਘਰ ਹੈ ਅਤੇ ਖਾਲਸਾ ਹੈ ਅਕਾਲ ਪੁਰਖ ਦੀ ਫੌਜ ਅਤੇ ਫੌਜ ਦਾ ਕੰਮ ਹੈ ਝਾੜੂ ਮਾਰਨਾ ਫੌਜ ਦਾ ਕੰਮ ਹੈ ਰੱਖਿਆ ਕਰਨੀ ਸਾਰੇ ਸੰਸਾਰ ਦੀ ਸਫਾਈ ਕਰਨੀ ਸੀ ਅਕਾਲ ਪੁਰਖ ਦੀ ਫੌਜ ਨੇ ਖਾਲਸੇ ਤਾਂ ਤੁਹਾਨੂੰ ਕਨੇਡਾ ਭੇਜਿਆ ਤਾਂ ਤੁਹਾਨੂੰ ਵੱਖ ਵੱਖ ਦੇਸ਼ਾਂ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਏ ਉਹਨਾਂ ਦੇ ਮਗਰ ਸਿੱਖ ਵੀ ਆਏ ਅਤੇ ਨਾਲ ਗੁਰੂ ਗ੍ਰੰਥ ਸਾਹਿਬ ਵੀ ਆ ਗਏ ਤਾਂ ਕਿ ਸਾਰੇ ਸੰਸਾਰ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਜਾ ਸਕੇ ਸਾਰਾ ਸੰਸਾਰ ਦੁਖੀ ਹੈ ਲੋਕ ਰੱਬ ਨਾਲ ਨੂੰ ਟੁੱਟ ਕੇ ਬਹੁਤ ਦੁਖੀ ਨੇ ਕਿੰਨੀਆਂ ਲੜਾਈਆਂ ਨੇ ਕਿੰਨਾ ਕੁਛ ਹੈ ਕਿੰਨੇ ਰੋਜ਼ ਬੰਬ ਚੱਲਦੇ ਨੇ ਕਿੰਨੇ ਲੋਕ ਮਰਦੇ ਨੇ ਪਏ ਰੋਜ਼ ਇੱਕ ਦੂਜੇ ਨੂੰ ਮਾਰਦੇ ਨੇ ਪਏ ਲੁੱਟਦੇ ਨੇ ਪਏ ਦੁਖੀ ਕਰਦੇ ਨੇ ਕਿੰਨੇ ਕਰਨਾ ਹੈ ਇਹ ਕੰਮ ਕੌਣ ਕਰੇਗਾ ਇਹਨਾਂ ਨੂੰ ਸੁਖੀ ਕਰਨ ਦਾ ਇਹ ਕੰਮ ਤੁਹਾਡੇ ਜੁੰਮੇ ਆ ਤੁਹਾਡੀ ਮਰਜ਼ੀ ਆ ਅੱਜ ਸ਼ੁਰੂ ਕਰ ਲਓ ਤੁਹਾਡੀ ਨਹੀਂ ਮਰਜ਼ੀ ਨਾ ਕਰੋ ਅਗਲੇ ਜਨਮ 'ਚ ਕਰ ਲਿਓ ਅਗਲੇ 'ਚ ਵੀ ਨਹੀਂ ਜੀ ਕਰਦਾ ਜਦੋਂ ਮਰਜ਼ੀ ਕਰ ਲਓ ਤੋ ਨਹੀਂ ਕਰਨਾ ਪੈਣਾ ਕਿਹਨੂੰ ਕਰਨਾ ਪੈਣਾ ਅਕਾਲ ਪੁਰਖ ਦੀ ਫੌਜ ਨੂੰ ਜੇ ਤੁਸੀਂ ਅਕਾਲ ਪੁਰਖ ਦੀ ਫੌਜ ਭਰਤੀ ਹੋਵੋਗੇ ਗੁਰੂ ਕੇ ਸਿੱਖ ਬਣੋਗੇ ਫਿਰ ਤੁਹਾਨੂੰ ਇਹ ਸਾਰੀਆਂ ਤਕਲੀਫਾਂ ਸਹਿਣੀਆਂ ਪੈਣੀਆਂ ਨੇ ਆਪ ਸਹਨ ਦੇ ਦੁੱਖ ਜਗ ਵਰਸਾਇਆ ਗੁਰੂ ਨਾਨਕ ਸਾਹਿਬ ਨੇ ਕਿਸੇ ਨੂੰ ਹਵਾਈ ਕਿਲੇ ਨਹੀਂ ਦਿਖਾਏ ਵੀ ਮੇਰਾ ਸਿੱਖ ਬਣ ਜਾ ਮੈਂ ਤੈਨੂੰ ਬੜੇ ਸੁੱਖ ਦਿਆਂਗਾ ਨਾ ਉਹਨੇ ਪਹਿਲੀ ਸ਼ਰਤ ਰੱਖੀ ਪਹਿਲਾਂ ਮਰਨ ਕਬੂਲ ਜੀਵਨ ਕੀ ਸ਼ਾਦਾਸ ਉਹ ਸਭਨਾ ਕੀ ਰੇਣਕਾ ਤਾਂ ਆਓ ਹਮਾਰੇ ਪਾਸ ਤੁਸੀਂ ਸ਼ਾਇਦ ਟੈਲੀਵਿਜ਼ਨ 'ਤੇ ਇੱਥੇ ਪੜ੍ਹਦੇ ਵੀ ਹੋ ਖਾਲਸਾ ਏਡ ਵਾਲੇ ਕਿੱਥੇ ਕਿੱਥੇ ਜਾ ਕੇ ਲੋਕਾਂ ਦੀ ਮਦਦ ਕਰਦੇ ਉਹਨਾਂ ਨੇ ਇਹ ਜਿੰਮਾ ਚੁੱਕ ਲਿਆ ਇਹ ਸੰਸਾਰ ਦੀ ਸੇਵਾ ਅਸੀਂ ਕਰਨੀ ਇਹ ਸੰਸਾਰ ਦੇ ਦੁਖੀ ਲੋਕਾਂ ਦੀ ਮਦਦ ਅਸੀਂ ਕਰਨੀ ਇਹ ਤੁਹਾਡੀ ਮਰਜ਼ੀ ਆ ਤੁਸੀਂ ਅੱਜ ਸ਼ੁਰੂ ਕਰਨਾ ਕਰ ਲਓ ਕੱਲ੍ਹ ਕਰਨਾ ਕਰ ਲਓ ਜਦੋਂ ਸਾਡੇ ਜੀ ਕਰੇਗਾ ਕਰ ਲਓ ਪਰ ਪਹਿਲਾਂ ਸਭ ਤੋਂ ਆਪਣੇ ਲਈ ਕਰੋ ਆਪਣੇ ਲਈ ਸਵੇਰੇ ਉੱਠ ਕੇ 5 ਮਿੰਟ ਹੋਰ ਮੰਤਰ ਦਾ ਪਾਠ ਕਰਨਾ ਗੁਰਮੰਤਰ ਦਾ ਪਾਠ ਕਰਨਾ ਜਪਜੀ ਸਾਹਿਬ ਦਾ ਕਰਨਾ ਸਿਰਫ ਪਾਠ ਕਰਨਾ ਹੀ ਨਹੀਂ ਉਹਨੂੰ ਸਮਝਣਾ ਵੀ ਸਿਰਫ ਸਮਝਣਾ ਨਹੀਂ ਉਹਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣਾ ਵੀ ਜੋ ਗੁਰੂ ਜੀ ਕਹਿ ਰਹੇ ਉਹਨੂੰ ਆਪਾਂ ਹੁਣ ਜੇ ਆਪਾਂ ਪੜ੍ਹਦੇ ਰਹੀਏ ਪਰਤਰਿਆ ਰੂਪ ਨਾ ਪੇਖਿਆ ਨਹੀਂ ਤਾਂ ਪੜ੍ਹਦੇ ਲਈਏ ਵੀ ਆਪਾਂ ਪਰਾਇਆ ਰੂਪ ਨਹੀਂ ਦੇਖਣਾ ਅਤੇ ਜਦੋਂ ਪ੍ਰੈਕਟੀਕਲ ਆਵੇ ਆਪਾਂ ਫੇਲ ਹੋ ਜਾਈਏ ਫਿਰ ਪੜ੍ਹਿਆ ਕੀ ਕੁਛ ਵੀ ਨਹੀਂ ਆਪਾਂ ਪੜ੍ਹਦੇ ਰਹੀਏ ਪਰ ਦਰਬੇ ਨੂੰ ਹੱਥ ਨਾ ਲਾਵੇ ਗੁਰਕਾ ਸਿੱਖ ਹੋਣ ਅਤੇ ਸਕੂਲ ਘੁਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ ਪਰਾਏ ਧਨ ਨੂੰ ਹੱਥ ਤੱਕ ਨਹੀਂ ਲਾਉਂਦਾ ਭੁੱਖਾ ਮਰ ਜਾਏਗਾ ਕੋਈ ਗੱਲ ਨਹੀਂ ਪਰ ਪਰਾਏ ਪੈਸੇ ਨੂੰ ਹੱਥ ਤੱਕ ਨਹੀਂ ਉਹਨੇ ਲਾਉਣਾ ਜੇ ਆਪਾਂ ਖੋਲਿਆ ਕਿਸੇ ਦਾ ਅਤੇ ਪੜ੍ਹਦੇ ਰਹੇ ਪਰ ਦਰਬੇ ਨੂੰ ਹੱਥ ਨਾ ਲਾਵੇ ਅਤੇ ਫਿਰ ਕੀ ਗੱਲ ਬਣੀ ਫਿਰ ਹੋਂ ਤਾਂ ਸਕੂਲ ਘੁਮਾਇਆ ਪਰ ਨਿੰਦਾ ਸੁਣਾ ਪਰਤਾਵੇ ਇਹ ਮਾੜਾ ਜੀ ਉਹ ਮਾੜਾ ਜੀ ਉਹ ਮਾੜਾ ਜੀ ਪਰਾਈ ਨਿੰਦਿਆ ਕਰੀ ਜਾਣੀ ਪੜ੍ਹਦਾ ਰਹੇ ਕੀ ਫਾਇਦਾ ਹੋਏਗਾ ਸੋ ਆਪਾਂ ਪੜ੍ਹਨਾ ਨਹੀਂ ਸਿਰਫ ਆਪਾਂ ਵਿਚਾਰਨਾ ਨਹੀਂ ਤੇ ਗੁਰੂ ਬਾਬੇ ਦੀ ਬਾਣੀ ਪੜ੍ਹਨੀ ਹੈ ਗਾਵੋ ਸੁਣੋ ਪੜ੍ਹੋ ਨਿਤ ਭਾਈ ਗੁਰ ਪੂਰੇ ਤੂੰ ਰੱਖਿਆ ਇਹਨੂੰ ਗਾਉਣੀ ਹੈ ਜਿੱਥੇ ਗਾਉਣੀ ਹੈ ਮਨ ਬਚ ਕਰਮ ਹਰ ਗੁਣ ਨਹੀਂ ਗਾਇਆ ਇਹ ਚੀਜ਼ ਸੁਣ ਮਨ ਕਰਕੇ ਜਿੱਥੇ ਬਾਣੀ ਗਾਉਣੀ ਹੈ ਜਿੱਥੇ ਬਚਨਾ ਕਰਕੇ ਬਾਣੀ ਕਰਨੀ ਹੈ ਉੱਥੇ ਇਹ ਬਾਣੀ ਸਾਡੇ ਸਿੱਖ ਦੇ ਕਰਮ ਵਿੱਚ ਵੀ ਪ੍ਰਗਟ ਹੋਣੀ ਚਾਹੀਦੀ ਹੈ ਲੋਕਾਂ ਨੂੰ ਲੱਗੇ ਇਹ ਗੁਰੂ ਨਾਨਕ ਦਾ ਸਿੱਖ ਤਾਂ ਹੀ ਲੋਕ ਫੋਲੋ ਕਰਨਗੇ ਨਾ ਜੇ ਲੋਕਾਂ ਨੂੰ ਲੱਗਦਾ ਹੀ ਨਹੀਂ ਤਾਂ ਫਿਰ ਨਹੀਂ ਉਹ ਫੋਲੋ ਕਰਦੇ ਇੱਕ ਇੰਗਲੈਂਡ ਦਾ ਵਿਗ ਨਾਂ ਦਾ ਅੰਗਰੇਜ਼ ਸੀ ਗੋਰਾ ਉਹ ਹਰਿਮੰਦਰ ਸਾਹਿਬ ਗਿਆ ਉੱਥੇ ਉਹਨੇ ਦਰਸ਼ਨ ਕੀਤੇ ਉੱਥੋਂ ਹਰਿਮੰਦਰ ਸਾਹਿਬ ਦੀ ਫੋਟੋ ਲੈ ਆਇਆ ਉਹਨੇ ਆ ਕੇ ਆਪਣੇ ਡਰਾਇੰਗ ਰੂਮ ਵਿੱਚ ਲਾ ਲਈ ਉਹ
ਔਰ ਹਰਿਮੰਦਰ ਸਾਹਿਬ ਦੀ ਫੋਟੋ ਦਾ ਧਿਆਨ ਧਰਦਾ ਰਿਹਾ। ਇੱਕ ਸਿੱਖ ਗਲੀ ਵਿੱਚੋਂ ਲੰਘ ਰਿਹਾ ਸੀ, ਉਹਨੂੰ ਆਪਣੇ ਘਰ ਲੈ ਗਿਆ, ਆਪਣੇ ਡਰਾਇੰਗ ਰੂਮ 'ਚ ਬਿਠਾਇਆ, ਦੇਖਿਆ ਉੱਥੇ ਫੋਟੋ ਲੱਗੀ ਹਰਿਮੰਦਰ ਸਾਹਿਬ ਦੀ। ਉਹ ਕਹਿੰਦਾ ਤੂੰ ਬੈਠ, ਮੈਂ ਚਾਹ ਦਾ ਕੱਪ ਬਣਾ ਕੇ ਲਿਆਉਂ। ਉਹਨੇ ਚਾਹ ਦਾ ਕੱਪ ਲਿਆਇਆ ਅਤੇ ਉਹ ਦੇਖ ਰਿਹਾ ਸੀ ਫੋਟੋ ਵਾਲੀ। ਹੁਣ ਗੋਰਾ ਨੂੰ ਪੁੱਛਦਾ ਸਿੱਖ ਨੂੰ ਵੀ ਤੂੰ ਕੀ ਵੇਖਦਾ ਪਿਆ, ਕਹਿੰਦਾ ਇੱਥੇ ਹਰਿਮੰਦਰ ਸਾਹਿਬ ਦੀ ਫੋਟੋ ਲੱਗੀ ਹੈ। ਕਹਿੰਦਾ ਫੋਟੋ ਲੱਗੀ ਫਿਰ ਤੂੰ ਕੀ ਫੀਲ ਕਰ ਰਿਹਾ, ਹਾਊ ਡੂ ਯੂ ਫੀਲ ਹੈ? ਕਹਿੰਦਾ ਮੈਂ ਫੀਲ ਕਰ ਰਿਹਾ ਜਿਵੇਂ ਮੈਂ ਹਰਿਮੰਦਰ ਸਾਹਿਬ ਬੈਠਾ। ਅਤੇ ਗੋਰਾ ਕਹਿੰਦਾ ਅੱਛਾ ਤੂੰ ਇਵੇਂ ਫੀਲ ਕਰ ਰਿਹਾ, ਤਾਂ ਮੈਨੂੰ ਦੱਸ ਫਿਰ ਹਰਿਮੰਦਰ ਸਾਹਿਬ 'ਚ ਕੀ ਹੁੰਦਾ ਪਿਆ, ਨਹੀਂ ਤਾਂ ਮੈਂ ਤੈਨੂੰ ਸਮਾਧੀ ਲਾ ਕੇ ਦੱਸਣਾ ਉੱਥੇ ਕੀ ਹੁੰਦਾ। ਉਹਨੇ ਉਹ ਫੋਟੋ ਤੋਂ ਹੀ ਇੰਨਾ ਕੰਸਨਟ੍ਰੇਟ ਕਰਕੇ ਆਪਣੇ ਆਪ ਨੂੰ ਆਤਮਿਕ ਤੌਰ 'ਤੇ ਹਰਿਮੰਦਰ ਸਾਹਿਬ ਲੈ ਜਾਂਦਾ ਸੀ ਅਤੇ ਉੱਥੇ ਬੈਠਾ ਕੀਰਤਨ ਸੁਣ ਲੈਂਦਾ ਸੀ। ਇੰਗਲੈਂਡ ਦੇ ਵਿੱਚ, ਲੰਡਨ ਦੇ ਵਿੱਚ ਬੈਠਾ ਕੀਰਤਨ ਸੁਣ ਲੈਂਦਾ ਸੀ, ਇੰਨਾ ਉਹਨੇ ਕੰਸਨਟ੍ਰੇਟ ਕਰ ਲਿਆ। ਉਹਨੂੰ ਫਿਰ ਪੁੱਛਿਆ ਵੀ ਤੇਰੇ ਕੋਲ ਇੰਨੀ ਕੰਸਨਟ੍ਰੇਸ਼ਨ ਹੈਗੀ ਹੈ, ਤੂੰ ਸਿੱਖ ਕਿਉਂ ਨਹੀਂ ਬਣ ਜਾਂਦਾ? ਪਤਾ ਤੁਸੀਂ ਹੈਰਾਨ ਹੋਵੋਗੇ ਉਹਨੇ ਕੀ ਸਵਾਲ ਜਵਾਬ ਦਿੱਤਾ। ਉਹਨੇ ਕਹਿੰਦਾ ਮੈਂ ਸਿੱਖ 'ਤੇ ਬਣ ਜਾ, ਪਰ ਮੈਂ ਜਦੋਂ ਸਿੱਖਾਂ ਨੂੰ ਦੇਖਦਾ ਨਾ ਫਿਰ ਮੇਰਾ ਦਿਲ ਟੁੱਟ ਜਾਂਦਾ। ਤਾਂ ਸਾਨੂੰ ਦੇਖ ਕੇ ਲੋਕਾਂ ਨੇ, ਸਾਡਾ ਜੀਵਨ ਦੇਖ ਕੇ ਲੋਕਾਂ ਨੇ ਸਿੱਖੀ ਨੂੰ ਅਪਣਾਉਣਾ ਸੀ। ਸਿੱਖੀ ਬੜੀ ਪਿਆਰੀ ਹੈ, ਪਰ ਕਿੱਥੇ ਪਿਆਰੀ ਹੈ? ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੋਈ ਪਿਆਰੀ ਹੈ ਕਿ ਮੇਰਾ ਜੀਵਨ ਪਿਆਰਾ ਹੈ। ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਪੜ੍ਹਨਾ, ਉਹਨਾਂ ਨੇ ਮੇਰਾ ਜੀਵਨ ਪੜ੍ਹਨਾ। ਉਹਨਾਂ ਨੇ ਸੁਰਜੀਤ ਸਿੰਘ ਨੂੰ ਦੇਖਣਾ ਹੈ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਦੇਖਣਾ। ਉਹਨਾਂ ਨੇ ਦੇਖਣਾ ਇਹ ਪੜ੍ਹਨ ਵਾਲੇ ਨੂੰ ਦੇਖਣਾ ਹੈ ਕਿ ਇਹ ਪੜ੍ਹਨ ਵਾਲੇ ਦਾ ਜੀਵਨ ਹੈਗਾ। ਜੇ ਪੜ੍ਹਨ ਵਾਲੇ ਦਾ ਜੀਵਨ ਨਹੀਂ, ਉਹਨਾਂ ਕਹਿਣਾ ਇਹਨਾਂ ਦੇ ਗੁਰੂ ਕੁਛ ਨਹੀਂ ਕੁਛ ਨਹੀਂ ਹੈਗਾ। ਸੋ ਸਾਡੇ ਜੀਵਨ ਤੋਂ ਪਤਾ ਲੱਗਣਾ ਸਿੱਖੀ ਕਿਹੋ ਜਿਹੀ ਹੈ। ਅਸੀਂ ਭਾਵੇਂ ਜਿੰਨਾ ਮਰਜ਼ੀ ਕਹਿੰਦੇ ਰਹੀਏ ਸਿੱਖੀ ਬੜੀ ਪਿਆਰੀ ਹੈ, ਸਿੱਖੀ ਬੜੀ ਪਿਆਰੀ ਹੈ, ਉਹ ਕਹਿੰਦੇ ਨੇ ਸਿੱਖ ਤਾਂ ਪਿਆਰਾ ਨਹੀਂ ਹੈਗਾ ਨਾ। ਸੋ ਸਾਡਾ ਜੀਵਨ ਪਿਆਰਾ ਹੋਣਾ ਚਾਹੀਦਾ। ਜੇ ਜੀਵਨ ਹੈ ਤਾਂ ਸਿੱਖੀ ਹੈ, ਜੇ ਜੀਵਨ ਨਹੀਂ ਹੈ ਤਾਂ ਸਿੱਖੀ ਨਹੀਂ ਹੈ। ਤੁਹਾਡੀ ਮਰਜ਼ੀ ਹੈ, ਤੁਸੀਂ ਸਾਰੇ ਸਿੱਖਾਂ ਦੇ ਬੱਚੇ। ਆਪਾਂ ਸਾਰੇ ਸੰਸਾਰ ਨੂੰ ਬੇਸਿਕਲੀ ਸਾਰਾ ਸੰਸਾਰ ਹੀ ਸਿੱਖ ਹੈ। ਸਭ ਨੂੰ ਗੁਰੂ ਨੇ ਕੇਸ ਦਿੱਤੇ ਨੇ, ਸਭ ਨੂੰ ਗੁਰੂ ਨੇ ਦਾੜੀ ਦਿੱਤੀ ਹੈ। ਕਿਸੇ ਨੇ ਕੈਂਚੀ ਨਾ ਮੁਣ ਕੇ, ਕੋਈ ਮੁਸਲਮਾਨ ਬਣ ਗਿਆ, ਕੋਈ ਹੋਰ ਬਣ ਗਿਆ, ਕੁਛ ਹੋਰ ਬਣ ਗਿਆ, ਪਰ ਗੁਰੂ ਨੇ ਸਾਰੀ ਦੁਨੀਆ ਨੂੰ ਕੇਸਾਧਾਰੀ ਹੀ ਪੈਦਾ ਕੀਤਾ ਹੈ, ਕੋਈ ਨਹੀਂ ਕਹਿ ਸਕਦਾ। ਮੈਨੂੰ ਇੱਕ ਗੋਰਾ ਪਾਦਰੀ ਸੀਗਾ, ਉਹਨੇ ਇੱਕ ਸਵਾਲ ਕੀਤਾ ਸੀ, ਕਹਿੰਦਾ ਵਾਈ ਯੂ ਹੈਵ ਲੌਂਗ ਬੀਅਰਡ? ਮੈਂ ਕਿਹਾ ਯੂਅਰ ਕੁਐਸਚਨ ਇਜ਼ ਰੌਂਗ, ਯੂਅਰ ਪੁੱਟ ਮੀ ਦ ਰੌਂਗ ਕੁਐਸਚਨ, ਕੁਐਸਚਨ ਇਜ਼ ਵਾਈ ਯੂ ਕੱਟ ਯੂਅਰ ਬੀਅਰਡ? ਕਹਿੰਦਾ ਆਲਰਾਈਟ। ਮੈਂ ਕਿਹਾ ਇਹ ਤਾਂ ਹੋ ਗਿਆ ਨਾ, ਜਿਹੜਾ ਤੰਬਾਕੂ ਨਹੀਂ ਪੀਂਦਾ, ਕੋਈ ਸਿਗਰਟ ਨਹੀਂ ਪੀਂਦਾ, ਤਾਂ ਉਹਨੂੰ ਪੁੱਛੇ ਤੂੰ ਸਿਗਰਟਾਂ ਕਿਉਂ ਨਹੀਂ ਪੀਂਦਾ? ਨਹੀਂ, ਸਵਾਲ ਇਹ ਨਹੀਂ ਬਣਦਾ, ਸਵਾਲ ਇਹ ਬਣਦਾ ਤੂੰ ਤਾੜੀ ਕਿਉਂ ਕੱਟਦਾ, ਸਵਾਲ ਇਹ ਬਣਦਾ ਤੂੰ ਸਿਗਰਟਾਂ ਕਿਉਂ ਪੀਂਦਾ, ਸਵਾਲ ਇਹ ਬਣਦਾ ਤੂੰ ਸ਼ਰਾਬ ਕਿਉਂ ਪੀਂਦਾ, ਸਵਾਲ ਇਹ ਨਹੀਂ ਹੈਗਾ ਮੈਂ ਤਾੜੀ ਕਿਉਂ ਰੱਖੀ ਹੈ। ਸੋ ਅਸੀਂ ਦੱਸਣਾ ਨਹੀਂ, ਸਾਨੂੰ ਦੱਸਣਾ ਨਹੀਂ ਆਉਂਦਾ। ਜੇ ਤੁਹਾਡੇ ਕੋਲ ਇੱਕ ਨੌਲੇਜ ਹੈ, ਤੁਸੀਂ ਸੰਸਾਰ ਨਾਲ ਗਿਆਨ ਨਾਲ, ਗਿਆਨ ਨਾਲ ਸੰਸਾਰ ਨੂੰ ਜਿੱਤ ਸਕਦੇ ਹੋ। ਜੇ ਤੁਹਾਡੇ ਕੋਲ ਗਿਆਨ ਨਹੀਂ ਹੈ ਤਾਂ ਤੁਸੀਂ ਕੁਛ ਨਹੀਂ ਕਰ ਸਕਦੇ, ਫਿਰ ਤੁਹਾਡੇ 'ਚ ਕੰਪਲੈਕਸ ਰਹੇਗਾ। ਹਾਏ ਪਤਾ ਨਹੀਂ ਮੈਂ ਕੀ ਕਰਦਾ ਪਿਆ, ਮੈਂ ਸਤਿਗੁਰੂ ਕਰ ਲਿਆ, ਨਹੀਂ ਠੀਕ ਕਰ ਲਿਆ, ਨਹੀਂ ਮੈਂ ਠੀਕ ਕੀਤਾ, ਮੈਂ ਗੁਰੂ ਦਾ ਸਿੱਖ ਹਾਂ, ਮੈਨੂੰ ਜਿੱਦਾਂ ਪਰਮਾਤਮਾ ਨੇ ਬਣਾਇਆ ਮੈਨੂੰ ਮਾਣ ਆ, ਮੈਨੂੰ ਇੱਦਾਂ ਦਾ ਪਰਮਾਤਮਾ ਨੇ ਬਣਾਇਆ ਮੈਂ ਉੱਦਾਂ ਦਾ ਹੀ ਹਾਂ ਜਿੱਦਾਂ ਦਾ ਮੈਨੂੰ ਪਰਮਾਤਮਾ ਨੇ ਬਣਾਇਆ। ਮੈਨੂੰ ਕਈ ਪੁੱਛਦੇ ਨੇ ਕੇਸ ਕਿਉਂ ਰੱਖਣੇ, ਮੈਂ ਕਿਹਾ ਤੂੰ ਦੱਸ ਤੂੰ ਸਿਆਣਾ ਕਿ ਪਰਮਾਤਮਾ ਸਿਆਣਾ? ਕਹਿੰਦਾ ਪਰਮਾਤਮਾ ਸਿਆਣਾ। ਅਤੇ ਮੈਂ ਕਿਹਾ ਫਿਰ ਕੋਈ ਕੈਂਚੀ ਭਾ ਲਾ ਕੇ ਹੁਣ ਸਿਆਣਾ ਬਣਨ ਦੀ ਕੋਸ਼ਿਸ਼ ਕਰ ਰਹੇ? ਜੇ ਪਰਮਾਤਮਾ ਨੇ ਤੈਨੂੰ ਸਿਆਣਾ ਬਣਾਇਆ ਤਾਂ ਫਿਰ ਕਾਹਤੋਂ? ਫਿਰ ਇਹਦਾ ਮਤਲਬ ਪਰਮਾਤਮਾ ਨੇ ਜੋ ਤੈਨੂੰ ਦਿੱਤਾ ਤੂੰ ਉਹਨੂੰ ਅਕਸੈਪਟ ਨਹੀਂ ਕਰ ਰਿਹਾ, ਉਹ ਸਿਆਣਾ ਨਹੀਂ ਸੀ, ਉਹਨੇ ਤੈਨੂੰ ਜੋ ਦਿੱਤਾ ਰੌਂਗ ਦਿੱਤਾ, ਤੂੰ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ, ਠੀਕ ਨਹੀਂ ਕਰ ਰਹੇ ਅਸੀਂ ਉਹਨੂੰ ਵਿਗਾੜ ਰਹੇ ਹਾਂ, ਤੁਹਾਡੀ ਮਰਜ਼ੀ ਆ। ਗੁਰੂ ਸਾਹਿਬ ਦੀ ਸਿੱਖੀ ਇਹੀ ਹੈ, ਕਿਰਤ ਕਰਨੀ ਬਹੁਤ ਸੌਖੀ ਹੈ, ਬੜੀ ਸੌਖੀ ਹੈ, ਕੋਈ ਔਖੀ ਨਹੀਂ ਹੈ। ਐਵੇਂ ਬਣਾ ਕੇ ਦੱਸੀ ਜਾਂਦੇ ਆ, ਸਵੇਰੇ ਉੱਠ ਕੇ ਨਾਮ ਜਪਣਾ, ਸਭ ਤੋਂ ਪਹਿਲਾ ਕੰਮ ਨਾਮ ਜਪਣਾ, ਨਾਮ ਜਪਣਾ ਸਵੇਰੇ ਉੱਠ ਕੇ, ਇਸ਼ਨਾਨ ਕਰਨਾ, ਨਾਮ ਜਪਣਾ, ਘਰ ਇਸ਼ਨਾਨ। ਤੁਸੀਂ ਸਾਰੇ ਪੜ੍ਹੇ ਲਿਖੇ ਹੋ, ਮੈਂ ਤੁਹਾਨੂੰ ਇੱਕ ਇਕੁਏਸ਼ਨ ਬਣਾ ਕੇ ਦੱਸਦਾ, ਟਾਈਮ ਦੇਖ ਲਿਓ, ਮੈਂ ਤਾਂ ਭੁੱਲੀ ਜਾਣਾ ਹੈ ਨਾ, ਤੁਸੀਂ ਮੈਨੂੰ ਇਸ਼ਾਰਾ ਕਰ ਦਿੱਤੇ, ਹਾਂ 2 ਮਿੰਟ ਹੋਰ ਕਹਿੰਦੇ ਬੋਲ ਲਓ ਵਾਹਿਗੁਰੂ। ਕਿਉਂ ਮੇਰੇ ਨੂੰ ਸੁਭਾਅ ਬਣਿਆ ਨਾ, ਮੈਂ ਵੱਖ ਵੱਖ ਸਟੇਜਾਂ 'ਤੇ ਬੋਲਦਾ ਰਹਿਣਾ, ਫਿਰ ਮੈਂ ਭੁੱਲੀ ਜਾਂਦਾ ਜਿੱਥੇ ਕੋਈ ਨਹੀਂ ਆ ਗਿਆ। ਤੁਸੀਂ ਬੋਲ ਤਾਂ ਨਹੀਂ ਹੋਏ, ਹੈਂ ਬੋਲਦੇ ਹੀ ਨਹੀਂ, ਕਿ ਨਾਰਾਜ਼ ਹੋ ਗਏ ਮੈਨੂੰ? ਤੁਸੀਂ ਤਾਂ, ਮੈਂ ਤਾਂ ਤੁਹਾਨੂੰ ਇਕੱਲੇ ਇਕੱਲੇ ਨੂੰ ਆਪਣਾ ਬੱਚਾ ਸਮਝਦਾ, ਮੈਂ ਥਾਂ ਤੁਹਾਡੇ ਪਾਇਆ ਹੁੰਦਾ, ਮੈਂ ਬੁੱਢਾ ਹੈ ਨਾ, ਬੁੱਢੇ ਤੁਰਦੇ ਕਈ ਕੁਛ ਮੈਂ ਬਾਹਰ ਨਿਕਲਦਾ ਨਹੀਂ, ਨਿਕਲ ਨਹੀਂ ਸਕਦਾ, ਤੁਰ ਵੀ ਨਹੀਂ ਸਕਦਾ, ਫਿਰ ਵੀ ਆਉਂਦਾ ਤੁਹਾਡੇ ਕੋਲ, ਪੈਸੇ ਨਹੀਂ ਲਿਆਉਂਦਾ ਕਿਧਰੇ ਵੀ ਕਿਸੇ ਸਟੇਜ 'ਤੇ, ਕੋਈ ਕਦੇ ਪੈਸੇ ਨਹੀਂ ਲੈਂਦਾ। ਮੈਨੂੰ ਸਿਰਫ ਪਿਆਰ ਆ, ਮੈਨੂੰ ਉਹਨੇ ਕੁਛ ਦਿੱਤਾ, ਪ੍ਰੇਮ ਦਿੱਤਾ ਗੁਰੂ ਨੇ, ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਬਹੁਤ ਕੁਛ ਮਿਲਿਆ, ਬੜੇ ਸੁੱਖ ਲਏ, ਅਤੇ ਗੁਰੂ ਨੇ ਕਿਹਾ ਜਾ ਦਸ ਸੰਸਾਰ ਨੂੰ ਬੜੇ ਸੁੱਖ ਨੇ, ਤੁਸੀਂ ਵੀ ਲੈ ਸਕਦੇ, ਜਿਉਂਦਾ ਮੈਂ ਚੱਕਿਆ ਸੁਖੀ। ਜੇ ਕੋਈ ਮੈਨੂੰ ਪੁੱਛੇ ਕੋਈ ਦੁਨੀਆਂ ਦਾ ਬੰਦਾ ਸਭ ਤੋਂ ਜ਼ਿਆਦਾ ਸੁਖੀ ਕੌਣ ਹੈ, ਤੂੰ ਕੋਈ ਦੱਸ ਸਕਦਾ? ਤੇ ਮੈਂ ਉਹਨੂੰ ਇਹੀ ਕਹਿਣਾ ਹੁੰਦਾ, ਮੈਂ ਹੀ ਅੱਜ ਦੀ ਡੇਟ 'ਚ, ਮੈਨੂੰ ਹੋਰ ਕਿਸੇ ਦਾ ਤਾਂ ਪਤਾ ਨਹੀਂ, ਅੱਜ ਦੀ ਡੇਟ 'ਚ ਮੈਂ ਹੀ ਹਾਂ, ਕੱਲ੍ਹ ਨੂੰ ਪਤਾ ਨਹੀਂ ਕੀ ਹੋਣਾ ਕਿਸੇ ਦਾ ਕੀ ਹੋਣਾ। ਤੁਸੀਂ ਸਾਰੇ ਗੁਰੂ ਦੇ ਪਿਆਰੇ ਹੋ, ਕਦੇ ਅਪਣਾ ਕੇ ਵੇਖੋਗੇ ਸਿੱਖੀ ਨੂੰ, ਜਿੱਦਾਂ ਮੈਂ ਪਛਤਾਨਾ ਵਾਂ ਇੱਦਾਂ ਹੀ ਫਿਰ ਤੁਸੀਂ ਪਛਤਾਓ। ਤੁਸੀਂ ਪੁੱਛੋਗੇ ਤੂੰ ਕਿਉਂ ਪਛਤਾਨਾ? ਮੈਂ ਵੀ ਜਿਹੜੇ ਅੰਮ੍ਰਿਤ ਛਕਣ ਤੋਂ ਪਹਿਲਾਂ ਜ਼ਿੰਦਗੀ ਦੇ ਸਾਲ ਕੱਢ ਦਿੱਤੇ, ਹੁਣ ਮੈਂ ਝੂਠਦਾਰੀ ਨਾਲ, ਮੈਂ ਗੁਰੂ ਕਿਉਂ ਨਾ ਮਿਲ ਸਕਦਾ? ਮੇਰੇ ਮਾਤਾ ਪਿਤਾ ਨੇ ਗੁਰਖਣ 'ਚ ਕਿਉਂ ਨਾ ਮਿਲਦਾ?
ਜ਼ਿੰਦਗੀ 'ਚ ਇੱਕ ਦੁਨੀਆ ਦੀ ਇੱਕ ਪੈਨੀ ਜੇਬ 'ਚ ਨਾ ਹੋਵੇ ਅਸੀਂ ਖੁਸ਼ ਰਹਿ ਸਕਦੇ ਹਾਂ। ਇੱਕ ਪੈਸਾ ਨਹੀਂ ਜੇਬ 'ਚ ਅਸੀਂ ਖੁਸ਼ ਰਹਿ ਸਕਦੇ, ਦੁਨੀਆ ਦੀ ਸਾਰੀ ਦੌਲਤ ਸਾਡੀ ਜੇਬ 'ਚ ਹੈ ਅਸੀਂ ਤਾਂ ਵੀ ਦੁਖੀ ਹਾਂ। ਸਿੱਖੀ ਉਹ ਚੀਜ਼ ਹੈ ਨਗਨ ਫਿਰਤ ਰੰਗ ਵੇਖ ਕੇ ਸੋ ਸੋਭਾ ਪਾਏ ਪਾਟ ਟੰਬਰ ਗਿਥਿਆ ਜੇ ਰਚ, ਰੇਸ਼ਮੀ ਕੱਪੜੇ ਵੀ ਪਾ ਕੇ ਸੁੱਖ ਨਹੀਂ ਲੱਗਾ, ਜੌਵਾਂ ਦੀ ਰੋਟੀ ਖਾ ਕੇ ਵੀ ਬੜਾ ਸੁੱਖ ਹੈ, ਖਿਚੜੀ ਖਾ ਕੇ ਵੀ ਬੜਾ ਸੁੱਖ ਹੈ, ਪਰ ਸੁੱਖ ਲੈਣਾ ਪੈਣਾ, ਜਾਤ ਹੋਣੀ ਚਾਹੀਦੀ ਸੁੱਖ ਲੈਣ ਦੀ। ਸਿੱਖੀ ਸਿੱਖਣੀ ਪੈਣੀ, ਸਿੱਖੀ ਸਿੱਖਿਆ ਗੁਰ ਵਿਚਾਰ, ਸਿੱਖੀ ਕੀ ਹੈ ਗੁਰੂ ਦੀ ਸਿੱਖਿਆ, ਅਤੇ ਗੁਰੂ ਦੀ ਸਿੱਖਿਆ 'ਤੇ ਵਿਚਾਰ ਕਰਕੇ ਚੱਲਣਾ। ਤੁਸੀਂ ਸਾਰੇ ਮੇਰੇ ਬੱਚੇ ਹੋ, ਮਹਾਰਾਜ ਤੁਹਾਨੂੰ ਕਿਰਪਾ ਕਰੇ, ਆਪਣੇ ਚਰਨਾਂ ਦੀ ਕੀਮਤ ਬਖਸ਼ੇ, ਤੁਸੀਂ ਯੂਨੀਵਰਸਿਟੀ 'ਚ ਪੜ੍ਹਦੇ ਹੋ, ਆਪਣਾ ਜੀਵਨ ਸੰਭਾਲ ਕੇ ਰੱਖੇ, ਬੜਾ ਖਤਰਾ ਹੈ, ਪੈਰ ਪੈਰ 'ਤੇ ਖਤਰਾ ਹੈ, ਸਭ ਤੋੜਨ ਵਾਲੇ ਹੀ ਮਿਲਦੇ ਨੇ, ਕੋਈ ਜੋੜਨ ਵਾਲਾ ਮਿਲ ਨਹੀਂ ਰਿਹਾ। ਤੁਹਾਡੀ ਜਿਹੜੀ ਏਜ ਆ ਉਹ ਵੀ ਬੜੀ ਖਤਰਨਾਕ ਹੈ, ਐਸੇ 'ਚ ਬੰਦਾ ਛੇਤੀ ਪੜਦਾ, ਥੋੜ੍ਹੇ ਜਿਹੇ ਸਿਆਣੇ ਹੋਰ ਹੋ ਗਏ ਫਿਰ ਤੁਹਾਨੂੰ ਕੋਈ ਵਾਗਰੋਲਾ ਕੋਈ ਹਨੇਰੀ ਦੁਨੀਆ ਦੀ ਤੁਹਾਨੂੰ ਡੁਲਾ ਨਹੀਂ ਸਕਦੀ। ਇੱਕ ਵਾਰ ਤੁਸੀਂ ਕਹਿੰਦੇ, ਮੈਂ ਜਦੋਂ ਨਿੱਕਾ ਜਿਹਾ ਹੁੰਦਾ ਸੀ ਨਾ ਅਤੇ ਮੇਰੀ ਮਾਂ ਮੈਨੂੰ ਕਹਿੰਦੀ ਹੁੰਦੀ ਸੀ, ਉਹ ਬਾਬਰੋਲੇ 'ਚ ਬਾਬਰੋਲਾ ਸਮਝਦੇ ਹੋ, ਟੋਰਨੈਡੋ ਕਹਿੰਦੇ ਨਾ ਅੰਗਰੇਜ਼ੀ 'ਚ ਉਹਨੂੰ, ਟੋਰਨੈਡੋ ਸੌਂਦੇ ਨੇ, ਉਹ ਪਿੰਡਾਂ 'ਚ ਆਉਂਦੇ ਹੁੰਦੇ ਸੀ ਖੜ੍ਹੇ, ਅਤੇ ਮੇਰੀ ਮਾਂ ਨੇ ਕਹਿਣਾ ਜਦੋਂ ਬਾਬਰੋਲਾ ਆਏ ਨਾ ਬੱਚੇ ਛੋਟਾ ਜਿਹਾ ਸੀ ਤਾਂ ਸਕੂਲ ਪੜ੍ਹ ਜਾਣਾ, ਉਦੋਂ ਵੱਡੇ ਜਿਹੇ ਦਰੱਖਤ ਨੂੰ ਜੱਫੀ ਮਾਰ ਲਿਆ ਕਰੋ ਅਤੇ ਉੱਡੋ ਗਨੀ ਹਵਾ 'ਚ, ਵੱਡੇ ਜਿਹੇ ਦਰੱਖਤ ਨੂੰ ਫੜ ਲਓ, ਤੁਹਾਨੂੰ ਵੀ ਤੁਹਾਡੀ ਜ਼ਿੰਦਗੀ 'ਚ ਇੱਕ ਬੱਤੀ ਦੇ ਦਿੰਦਾ ਮੈਂ, ਤੁਸੀਂ ਜਗਾ ਦਿਓ, ਲਾਈਟ ਜਗਾ ਦਿਓ ਆਪਣੀ ਜ਼ਿੰਦਗੀ, ਜਦੋਂ ਤੁਸੀਂ ਡਿੱਗਣ ਲੱਗੇ ਨਾ ਆ ਮੇਰੇ ਨਾਲ ਬੋਲੋ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਜਿੱਥੇ ਕਿੱਥੇ ਮੈਨੂੰ ਲਏ ਛੜਾਈ, ਜਿੱਥੇ ਕਿੱਥੇ ਮੈਨੂੰ ਲਏ ਛੜਾਈ, ਜਿੱਥੇ ਕਿੱਥੇ ਮੈਨੂੰ ਲਏ ਛੜਾਈ, ਜਿੱਥੇ ਕਿੱਥੇ ਮੈਨੂੰ ਲਏ ਛੜਾਈ। ਇਹ ਸਾਰੇ ਗਿਆਨਤਾ ਭਰੇ ਸੰਸਾਰ ਵਿੱਚ ਹਨੇਰੇ ਵਿੱਚ ਇੱਕ ਟਾਰਚ ਹੈ, ਗੁਰੂ ਮੇਰੇ ਨਾਲ ਹੈ, ਉਹ ਪਿਆਰਾ ਸਤਿਗੁਰੂ ਮੇਰੇ ਨਾਲ ਹੈ, ਮੈਨੂੰ ਹਰ ਮੁਸ਼ਕਲ ਵਿੱਚੋਂ ਬਾਹਰ ਕੱਢ ਲਵੇਗਾ। ਸੱਚ ਜਾਣੋ, ਭਰੋਸੇ ਨਾਲ ਕਹੋਗੇ, ਜਿੱਥੇ ਮੁਸ਼ਕਲ ਆਏਗੀ ਉੱਥੇ ਹੀ ਗੁਰੂ ਤੁਹਾਨੂੰ ਕੱਢ ਲਵੇਗਾ। ਵਾਹਿਗੁਰੂ ਜੀ ਕਾ ਖਾਲਸਾ। ਸਤਿ ਸ੍ਰੀ ਅਕਾਲ।